ਜਸ ਪੰਜਾਬੀ ਟੀਵੀ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਔਰ ਖਾਸ ਤੌਰ ਤੇ ਉਸ ਪ੍ਰੋਗਰਾਮ ਦੀ ਗੱਲ ਕਰੀਏ ਜਿਸ ਨੂੰ ਸਾਹਿਤ ਨਾਲ ਜੋੜਦੇ ਹਾਂ ਔਰ ਪ੍ਰੋਗਰਾਮ ਬਣਦਾ ਹੈ ਸਾਹਿਤਿਕ ਤੰਦਾ ਦਰਸ਼ਕੋ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਸਾਹਿਤਿਕ ਤੰਦਾ ਪ੍ਰੋਗਰਾਮ ਦੇ ਵਿੱਚ ਅਸੀਂ ਵਕ ਵਕ ਜਿਹੜੇ ਸਾਹਿਤਕਾਰ ਨੇ ਉਹਨਾਂ ਨਾਲ ਤੁਹਾਨੂੰ ਰੂਬਰੂ ਕਰਾਉਨੇ ਆਂ ਉਹਨਾਂ ਦੀ ਜ਼ਿੰਦਗੀ ਦੇ ਕੀ ਤਜਰਬੇ ਨੇ ਉਹਨਾਂ ਦੀ ਤਜਰਬਿਆਂ ਦਾ ਸਾਰਾਂਸ਼ ਜਿਹਨੂੰ ਲੈ ਕੇ ਅਸੀਂ ਇੱਕ ਸੰਖੇਪ ਦੇ ਵਿੱਚ ਦੋ ਤਿੰਨ ਲਾਈਨਾਂ ਦੇ ਵਿੱਚ ਬਹੁਤ ਵੱਡੀ ਗੱਲ ਕਹਿਣ ਦੀ ਸਮਰੱਥਾ ਰੱਖਦੇ ਹਾਂ ਇਹ ਚੀਜ਼ਾਂ ਸਾਹਿਤ ਤੇ ਸਹਿਇਤਕਾਰੀ ਸਾਨੂੰ ਦਿੰਦੇ ਨੇ ਅੱਜ ਬੜੇ ਮਾਣ ਦੀ ਗੱਲ ਆ ਕਿ ਸਾਡੇ ਸਟੂਡੀਓ ਦੇ ਵਿੱਚ ਸਾਡੇ ਉਚੇਚੇ ਸੱਦੇ ਦੇ ਉੱਤੇ ਪਹੁੰਚੇ ਨੇ ਡਾਕਟਰ ਮਨਜੀਤ ਪਾਲ ਕੌਰ ਜਿਹੜੇ ਕਿ ਸਾਬਕਾ ਮੁਖੀ ਰਹਿ ਚੁਕੇ ਨੇ ਪੰਜਾਬੀ ਵਿਭਾਗ ਸ਼੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਵਿੱਚ ਅਤੇ ਇਸ ਦੇ ਨਾਲ ਜਿਹੜੀ ਬਹੁਤ ਵੱਡੀ ਗੱਲ ਹੈ ਸਾਡੇ ਲਈ ਉਹ ਇਹ ਹੈ ਕਿ ਉਹ ਪੰਜਾਬੀ ਦੀ ਪਹਿਲੀ ਕਾਵ ਨਾਟਕਕਾਰਾ ਵੀ ਹਨ ਅਤੇ ਉਤਰੀ ਭਾਰਤ ਦੀ ਵੀ ਪਹਿਲੀ ਕਾਵ ਨਾਟਕਕਾਰਾ ਦਾ ਮਾਣ ਇਹਨਾਂ ਨੂੰ ਹਾਸਲ ਹੈ ਬਹੁਤ ਬਹੁਤ ਸਵਾਗਤ ਤੁਹਾਡਾ ਡਾਕਟਰ ਸਾਹਿਬ ਇਸ ਪ੍ਰੋਗਰਾਮ ਵਿੱਚ ਸ਼ੁਕਰੀਆ ਡਾਕਟਰ ਸਾਹਿਬ ਜਦੋਂ ਅਸੀਂ ਗੱਲ ਕਰਦੇ ਹਾਂ ਪੰਜਾਬੀ ਸਾਹਿਤ ਦੀ ਹਮਮ ਔਰ ਪੰਜਾਬੀ ਸਾਹਿਤ ਦੇ ਵਿੱਚ ਇੱਕ ਬੜੀ ਵੱਖਰੀ ਚੀਜ਼ ਹੁੰਦੀ ਹੈ ਕਿ ਪੰਜਾਬੀ ਕਾਵ ਨਾਟਕ ਹਮ ਜਿਹੜਾ ਕਿ ਬਹੁਤ ਘੱਟ ਲਿਖਿਆ ਵੀ ਗਿਆ ਲੇਕਿਨ ਮਾਨ ਉਹ ਤੁਹਾਨੂੰ ਮਿਲਿਆ ਹੈ ਕਿ ਤੁਸੀਂ ਉਹਦੇ ਪਹਿਲੇ ਪੰਜਾਬੀ ਕਾਵਿਨਾਟਕਾ ਰਹੋ ਕਿਸ ਤਰ੍ਹਾਂ ਪੰਜਾਬੀ ਕਾਵਿਨਾਟਕ ਲਿਖਣ ਦੀ ਤੁਹਾਨੂੰ ਪ੍ਰੇਰਣਾ ਮਿਲੀ ਮੇਰਾ ਰਿਸਰਚ ਵਰਕ ਪਹਿਲਾਂ ਤਾਂ ਕਾਵਿਨਾਟਕ ਤੇ ਸੀ ਜੀ ਮੈਂ ਪੀਐਡਾ ਥੀਸਿਸ ਪੰਜਾਬੀ ਕਾਵਿਨਾਟਕ ਸਭਿਆਚਾਰ ਦੇ ਸੰਦਰਭ ਵਿੱਚ ਮੈਂ ਲਿਖਿਆ ਸੀਗਾ ਤੇ ਉਸ ਵੇਲੇ ਮੈਨੂੰ ਪੰਜਾਬੀ ਦੇ ਜਿੰਨੇ ਉਹਦੇ ਚ ਮੈਂ ਕਿਸਾ ਸਾਹਿਤ ਚੋਂ ਵੀ ਅੰਸ਼ਕੜ ਦੇਖੇ ਸੀਗੇ ਲੋਕ ਸਾਹਿਤ ਚੋਂ ਵੀ ਲੋਕ ਗੀਤਾਂ ਚੋਂ ਵੀ ਉਹਦੇ ਵਾਰ ਚੋਂ ਵੀ ਅਧਿਆਤਮਕ ਸਾਹਿਤ ਚੋਂ ਵੀ ਤੇ ਕੁਝ ਜਿਹੜੇ ਪੰਜਾਬੀ ਦੇ ਕਾਮਨਾਟਕ ਸੀਗੇ ਉਹਨਾਂ ਨੂੰ ਵੀ ਮੈਂ ਦੇਖਿਆ ਸੀਗਾ ਸੋ ਇੱਕ ਕਾਰਨ ਤਾਂ ਸ਼ਾਇਦ ਇਹ ਸੀਗਾ ਦੂਜਾ ਕਾਰਨ ਸੀਗਾ ਕਿ ਜਦੋਂ ਮੈਂ ਯੂਨੀਵਰਸਿਟੀ ਦੇ ਵਿੱਚ ਆਈ ਤਾਂ ਉੱਥੇ ਮਾਹੌਲ ਇਸਤਰਾ ਦਾ ਸੀਗਾ ਜਿੱਥੇ ਖੁੱਲੀ ਗੱਲਬਾਤ ਹੋ ਜਾਂਦੀ ਸੀਗੀ ਜੀ ਡਾਕਟਰ ਸਰਜੀਤ ਹਾਂ ਦਾ ਪੁਸ਼ਤਾਨ ਆਟਕ ਕਾਫੀ ਕਿਉਂਕਿ ਮੇਰੇ ਰਿਸਰਚ ਵਰਕ ਦਾ ਹਿੱਸਾ ਰਿਹਾ ਸੀਗਾ ਉਹਨਾਂ ਨੇ ਉਹਦਾ ਚੌਥਾ ਹਿੱਸਾ ਲਿਖਿਆ ਹਰਜਨ ਤੇ ਹਰਜਨ ਜਦੋਂ ਮੈਂ ਪੜਿਆ ਤਾਂ ਮੈਨੂੰ ਲੱਗਿਆ ਕਿ ਇਹ ਤਾਂ ਉਹੀ ਸਾਰੀਆਂ ਗੱਲਾਂ ਨੇ ਜੋ ਸਾਡੇ ਨਾਲ ਉਹ ਮਿਲਣ ਗਏ ਕਰਦੇ ਸੀਗੇ ਜਾਂ ਉਹ ਸਾਨੂੰ ਮਿਲਣ ਆਏ ਆ ਕਰਦੇ ਸੀਗੇ ਆਮ ਜੀਵਨ ਦੀ ਗੱਲਬਾਤ ਸੀਗੀ ਜਿਹੜੀ ਕਿ ਉਹਨਾਂ ਨੇ ਉਹਨੂੰ ਕਵਿਤਾ ਚ ਢਾਲ ਕੇ ਨਾਟਕ ਦਾ ਹਿੱਸਾ ਬਣਾਇਆ ਸੀਗਾ ਇਹ ਕਵਿਤਾ ਪਹਿਲਾਂ ਲਿਖਦੀ ਸੀਗੀ ਮੇਰੀ ਇੱਕ ਇੱਕ ਕਿਤਾਬ ਰੇਤ ਦਾ ਸਮੁੰਦਰ ਛਪ ਚੁੱਕੀ ਸੀ 1985 ਦੇ ਵਿੱਚ ਮੈਨੂੰ ਲੱਗਿਆ ਕਿ ਉਸ ਉਸੇ ਸਾਲ ਬਲਵੰਨ ਗਾਰਗੀ ਦਾ ਨਾਟਕ ਛਪਿਆ ਸੀਗਾ ਮਿਰਜ਼ਾ ਸਾਹਿਬਾ ਉਹ اور ਉਸੇ ਉਹ ਜਿਹੜਾ ਕਿ ਉਹਦੇ ਵਿੱਚ ਉਸਨੇ ਕਵਿਤਾ ਦੇ ਵਿੱਚ ਕਹਿਣ ਦੀ ਗੱਲ ਕੋਸ਼ਿਸ਼ ਕੀਤੀ ਸੀ ਜੀ ਇਸ ਬੈਕਗਰਾਉਂਡ 'ਚ ਮੈਨੂੰ ਲੱਗਿਆ ਕਿ ਮੈਂ ਕਾਵਿਨਾਟਕ ਲਿਖ ਸਕਦੀ ਹਾਂ ਠੀਕ ਹੈ ਜੀ ਅੱਛਾ ਕਾਵਿਨਾਟਕ ਵਾਲੇ ਪਾਸੇ ਆਉਣ ਦਾ ਕਾਰਨ ਕਿ ਮੇਰੀ ਕਵਿਤਾ ਤਾਂ ਮੇਰੇ ਕੋਲ ਸੀ ਔਰ ਉਸ ਮੈਂ ਕਵਿਤਾ ਦੇ ਵਿੱਚ ਇੱਕ ਰਿਦਮ ਇੱਕ ਕਹਾਣੀ ਢੁੰਡਣ ਦੀ ਕੋਸ਼ਿਸ਼ ਕੀਤੀ ਜੀ ਇਹਦੇ 'ਚ ਸਹਿਬਾ ਨੂੰ ਮੈਂ ਪਹਿਲੇ ਨਾਲ ਕਾਵਿਨਾਟਕ 'ਚ ਸਹਿਬਾ ਤੇ ਮੈਂ ਜੋ ਕੁਝ ਵੀ ਲਿਖਿਆ ਹੋਇਆ ਸੀ ਉਸ ਵੇਲੇ ਕਾਦਰ ਯਾਰ ਤੋਂ ਲੈ ਕੇ ਪੂਰਨ ਸਿੰਘ ਤੱਕ ਜੀ ਮੈਂ ਉਹ ਸਾਰਾ ਪੜਿਆ ਤੇ ਪਰ ਮੈਂ ਇਸ ਨੂੰ ਸਾਬਾ ਨਹੀਂ ਬਣਾਇਆ ਉਹ ਇਸ ਇਸ ਸਾਬਾ ਵਿੱਚ ਔਰਤ ਮਰਦ ਦੇ ਰਿਸ਼ਤੇ ਦੀ ਗੱਲ ਹੈ ਜੀ ਇਹਦੇ ਚ ਜਿਹੜੀ ਔਰਤ ਹੈ ਉਹ ਆਧੁਨਿਕ ਔਰਤ ਹੈ ਹਮਮ ਆ ਉਹ ਜਿਹੜੀ ਹੈਗਾ ਜਿਹੜਾ ਕਿੱਸਾ ਹੈ ਉਹ ਬੈਕਗ੍ਰਾਉਂਡ ਚੱਲਦਾ ਹੈਗਾ ਹਮਮ ਆ ਉਸ ਬੈਕਗ੍ਰਾਉਂਡ ਦੇ ਵਿੱਚ ਟਾਡੀ ਜਿਹੜੇ ਨੇ ਓਹੋ ਕਿੱਸਾ ਗਾਉਂਦੇ ਨੇ ਇਹ ਔਰੋ ਤੁੱਕਾਂ ਜਿਹੜੀਆਂ ਕਿ ਅੱਜ ਦੀ ਮਾਨਸਿਕਤਾ ਦੇ ਨਾਲ ਮੇਲ ਖਾਂਦੀਆਂ ਨੇ ਮੈਨੂੰ ਲੱਗਿਆ ਸੀਗਾ ਕਿ ਔਰਤ ਜਿਹੜੀ ਹੈਗੀ ਆ ਸਦੀਆਂ ਬੀਤਣ ਤੋਂ ਬਾਅਦ ਵੀ ਉਹੀ ਸੰਤਾਪ ਉਹੀ ਦੁੱਖ ਸਹ ਰਹੀ ਹੈਗੀ ਹੈ ਜਿਹੜੇ ਕਿ ਉਹੀ ਉਲਮੇ ਤਾਣੇ ਮੈਨੇ ਸਭ ਕੁਝ ਉਹੀ ਹੈ ਬਦਲਣਾ ਨਹੀਂ ਉਹਨਾਂ ਦਾ ਰੂਪ ਬਦਲਿਆ ਹੈਗਾ ਪਰ ਔਰਤ ਅੱਜ ਵੀ ਯਾਨੀ ਕਿ ਉਹ ਪੀੜਾਗ੍ਰਸਥ ਹੈ ਯਾਨੀ ਕਿ ਇਨਫਰਾਸਟ੍ਰਕਚਰ ਬਦਲਿਆ ਲੇਕਿਨ ਅਜੇ ਵੀ ਹਾਲਾਤ ਨਹੀਂ ਬਦਲੇ ਉਹਦੇ ਸੋਚ ਉਹ ਰਹੀ ਹੈ ਔਰਤ ਦੀ ਨੂੰ ਨੂੰ ਉਹ ਜੋਸ ਦਾ ਹੱਕ ਹੈ ਉਸ ਨੂੰ ਅਜੇ ਵੀ ਉਸੇ ਤਰ੍ਹਾਂ ਹੀ ਉਸ ਤੋਂ ਖੋਇਆ ਜਾ ਰਿਹਾ ਹੈਗਾ ਉਸ ਤੋਂ ਤੇ ਤੁਹਾਨੂੰ ਲੱਗਦਾ ਕਿ ਜਿਹੜਾ ਇਹ ਸਹਿਤ ਹੈ ਹਮ ਇਹ ਔਰਤ ਦੀ ਦਸ਼ਾ ਜਦੋਂ ਦਰਸਾਉਂਦਾ ਹੈ ਹਮ ਸ਼ਬਦਾਂ ਦੇ ਰਾਹੀਂ ਹਮ ਜਾਂ ਅਸੀਂ ਜੇ ਮੰਚ ਦੇ ਉੱਤੇ ਕਹਿ ਲਈਏ ਤੇ ਅਭਿਨੇ ਦੇ ਰਾਹੀਂ ਜਾਂ ਕਵਿਤਾ ਦੇ ਰਾਹੀਂ ਔਰਤ ਦੀ ਕੋਈ ਵੀ ਗੱਲ ਕਹੀ ਜਾਂਦੀ ਹੈ ਤੁਹਾਨੂੰ ਲੱਗਦਾ ਕਿ ਇਹ ਪੂਰੀ ਤਰ੍ਹਾਂ ਨਿਆਂ ਕਰਵਾ ਪਾਉਂਦਾ ਹੈ ਔਰਤ ਦੀ ਦਸ਼ਾ ਦਾ ਨਹੀਂ ਪੂਰਨ ਤੌਰ ਤੇ ਨਿਆਂ ਕਰਵਾਣਾ ਤਾਂ ਕਰਵਾ ਸਕਣਾ ਤਾਂ ਸੰਭਵ ਨਹੀਂ ਹੁੰਦਾ ਹੈਗਾ ਪਰ ਇੱਕ ਝੰਡੋੜਦਾ ਜ਼ਰੂਰ ਹੈ ਮੇਰਾ ਨਾਟਕ ਦੇ ਖੇਤਰ ਵਿੱਚ ਸਭ ਤੋਂ ਵੱਧ ਮੈਂ ਪ੍ਰਭਾਵਿਤ ਬਰਤੋਲ ਬ੍ਰੈਕਟੋ ਜਰਮਨ ਪਲੇ ਰਾਈਟ ਹੈ ਉਹਦੇ ਤੋਂ ਹੋਈ ਹੈ ਤੇ ਉਸ ਨੇ ਐਲੀਨੇਸ਼ਨ ਦੀ ਗੱਲ ਕੀਤੀ ਹੈਗੀ ਹੈ ਉਸਨੇ ਦਰਸ਼ਕ ਤੋਂ ਵਿਤ ਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੀ ਹੈ ਦਰਸ਼ਕ ਨੂੰ ਆਲੋਚਕ ਬਣਾਉਣ ਦੀ ਗੱਲ ਕੀਤੀ ਹੈਗੀ ਤੇ ਮੈਨੂੰ ਲੱਗਦਾ ਹੈ ਕਿ ਸਾਹਿਤ ਦਾ ਇੱਕ ਕੰਮ ਇਹ ਹੈਗਾ ਕਿ ਉਹ ਕੁਝ ਪ੍ਰਸ਼ਨ ਪੈਦਾ ਕਰੇ ਹਮਮ ਪਾਠਕ ਦੇ ਮਨ ਦੇ ਵਿੱਚ ਕੁਝ ਐਸੇ ਸਵਾਲ ਖੜੇ ਕਰੇ ਜਿਨ੍ਹਾਂ ਦਾ ਉੱਤਰ ਲੱਭਦੇ ਹੋਏ ਉਹ ਜ਼ਰੂਰ ਲੱਭਣ ਦੀ ਕੋਸ਼ਿਸ਼ ਕਰੇ ਜਦੋਂ ਡਾਕਟਰ ਮਨਜੀਤਪਾਲ ਕੌਰ ਨੇ ਕਾਵਿ ਨਾਟਕ ਲਿਖਣ ਦਾ ਮਨ ਬਣਾ ਲਿਆ ਜਾਂ ਲਿਖਿਆ ਜਦੋਂ ਜਾਂਦਾ ਲੇਕਿਨ ਉਸ ਤੋਂ ਪਹਿਲਾਂ ਕਹਾਣੀਆਂ ਮਨ 'ਚ ਬਣਦੀਆਂ ਨੇ ਡਿਸਕਸ਼ਨਸ ਵੀ ਹੁੰਦੀਆਂ ਨੇ ਉਦੋਂ ਪ੍ਰਸ਼ਨ ਹੋਏ ਤੁਹਾਨੂੰ ਕਿ ਤੁਸੀਂ ਇਸ ਵਿਧਾ ਨੂੰ ਕਿਉਂ ਚੁਣਨ ਲੱਗੇ ਜੇ ਦੋ ਕਾਰਨ ਸੀ ਕਿ ਇੱਕ ਕਾਰਨ ਤਾਂ ਮੈਂ ਜੋ ਖੁਦ ਆਪਣੇ ਜੀਵਨ ਦੇ ਵਿੱਚ ਭੋਗ ਰਹੀ ਸੀਗੀ ਜੀ ਉਸ ਤੋਂ ਨਿਕਲਣ ਲਈ ਉਸ ਦੀ ਇੱਕ ਆਊਟਲੈਟ ਚਾਹੁੰਦੀ ਸੀ ਹਮ ਹਮ ਅ ਯੂਨੀਵਰਸਿਟੀ ਦੇ ਵਿੱਚ ਜੋ ਕੁਝ ਵਾਪਰ ਰਿਹਾ ਸੀਗਾ ਪ੍ਰੋਫੈਸਰਸ ਤੇ ਟੀਚਰਸ ਦੇ ਸਬੰਧਾਂ ਦੇ ਵਿੱਚ ਜੋ ਤਰੇੜਾਂ ਪੈਦਾ ਹੋ ਗਈਆਂ ਹੋਈਆਂ ਸੀਗੀਆਂ ਔਰ ਬੜੀਆਂ ਖੁੱਲ ਕੇ ਸਾਹਮਣੇ ਆ ਰਹੀਆਂ ਸੀਗੀਆਂ ਜੀ ਆ ਕਿਵੇਂ ਮੇਲ ਟੀਚਰਸ ਨੇ ਪ੍ਰੋਫੈਸਰਸ ਨੇ ਉਹ ਕੁੜੀਆਂ ਨੂੰ ਆਪਣੀਆਂ ਰਿਸਰਚ ਸਕਾਲਰਸ ਨੂੰ ਐਕਸਪਲੋਇਟ ਕਰਦੇ ਨੇ ਹਮ ਇਹ ਚੀਜ਼ਾਂ ਚੱਲਦੀਆਂ ਸੀ ਉਸ ਟਾਈਮ ਇਹ ਚੀਜ਼ਾਂ ਉਸ ਵੇਲੇ ਚੱਲ ਰਹੀਆਂ ਸੀਗੀਆਂ ਠੀਕ ਹੈ ਜੀ ਇਕਤਾਂ ਕਾਰਨ ਇਹ ਹੀ ਸੀਗਾ ਕਿ ਜੋ ਉਸ ਵੇਲੇ ਯੂਨੀਵਰਸਿਟੀ ਦਾ ਮਾਹੌਲ ਸੀਗਾ ਉਹ ਕੁਝ ਕਹਿਣ ਲਈ ਉਕਸਾਰਿਆ ਸੀਗਾ ਹੂੰ ਦੂਸਰਾ ਸੀਗਾ ਕਿ ਮੈਨੂੰ ਆਪ ਨੂੰ ਲੱਗ ਰਿਹਾ ਸੀਗਾ ਕਿ ਕਵਿਤਾ ਦੇ ਵਿੱਚ ਗੱਲ ਛੋਟੀ ਕਹੀ ਜਾਂਦੀ ਹੈਗੀ ਇਹ ਗੱਲ ਇੱਕ ਅਹਿਸਾਸ ਇੱਕ ਇੱਕ ਲਮਾ ਜਾਂ ਕੁਝ ਲਮ੍ਹੇ ਹੀ ਕੈਦ ਕਰ ਸਕਦੇ ਹੋ ਤੁਸੀਂ ਕਵਿਤਾ ਦੇ ਵਿੱਚ ਵੱਡੀ ਗੱਲ ਨਹੀਂ ਕਰ ਸਕਦੇ ਨਾਟਕ ਦਾ ਕੈਨਵਸ ਕਿਉਂਕਿ ਇਹ ਵੱਡਾ ਹੁੰਦਾ ਹੈਗਾ ਤੁਸੀਂ ਉਹਦੇ ਵਿੱਚ ਹੌਲਕੇ ਗੱਲ ਕਰ ਸਕਦੇ ਹੈਗੇ ਵਧੇਰੇ ਗੱਲ ਕਰ ਸਕਦੇ ਹੋ ਲੇਕਿਨ ਔਰ ਕਾਵਨਾਟਕ ਦੇ ਰਹੇ ਹੋ ਤੁਸੀਂ ਕੈਨਵਸ ਹੋਰ ਵੀ ਵੱਡਾ ਹੋ ਜਾਂਦਾ ਹੈਗਾ ਕਿਉਂਕਿ ਤੁਸੀਂ ਗੱਲ ਸੰਕੇਤਕ ਵੀ ਕਰ ਰਹੇ ਹੁੰਦੇ ਹੋਗੇ ਤੇ ਗੱਲ ਤੁਸੀਂ ਕਰ ਵੀ ਰਹੇ ਹੋ ਨਾ ਖੁੱਲੀ ਵੀ ਕਰ ਰਹੇ ਹੋ ਨੀ ਦੂਰਾ ਕੈਨਵਸ ਬਣ ਜਾਂਦਾ ਹੈਗਾ ਤੁਸੀਂ ਜਦੋਂ ਕਾਵਨਾਟਕ ਰਚਨ ਦੇ ਵਾਸਤੇ ਆਪਣੇ ਮਨ ਨੂੰ ਬਣਾਇਆ ਤੇ ਸਭ ਤੋਂ ਪਹਿਲਾਂ ਮਨ 'ਚ ਸਵਾਲ ਕੀ ਆਇਆ ਸੀਗਾ ਤੁਹਾਡੇ ਵੀ ਮੈਂ ਅੱਜ ਇਸ ਕਾਵਨਾਟਕ ਦੇ ਥੀਮ ਨੂੰ ਕਿੱਥੋਂ ਤੱਕ ਲੈ ਕੇ ਜਾਣਾ ਔਰ ਉਹਦੇ ਵਾਸਤੇ ਤੁਸੀਂ ਪਾਤਰ ਕਿਹੜਾ ਚੁਣਿਆ ਪਾਤਰਤਾ ਸੀਗਾ ਕਿ ਔਰਤ ਹੀ ਮੇਰੇ ਸਾਰੇ ਨਾਟਕਾਂ ਦਾ ਕੇਂਦਰ ਬਿੰਦੂ ਤੱਕ ਔਰਤ ਹੀ ਰਹੀ ਹੈਗੀ ਹੈ ਔਰਤ ਜੋ ਆਧੁਨਿਕ ਔਰਤ ਦੀਆਂ دشਵਾਰੀਆਂ ਨੇ ਇੱਕ ਪਾਸੇ ਉਸ ਨੂੰ ਮਰਦ ਦੇ ਬਰਾਬਰ ਖੜੇ ਹੋ ਕੇ ਉਸ ਦੇ ਨਾਲ ਮੋੜ ਦੇ ਨਾਲ ਮੋੜਾ ਜੋੜ ਕੇ ਸੇਜਣਾ ਪੈਂਦਾ ਹੈਗਾ ਆਰਥਿਕ ਜੱਦੋ ਜਹਿਦ ਦੇ ਵਿੱਚ ਹਿੱਸਾ ਪਾਉਣਾ ਪੈਂਦਾ ਹੈਗਾ ਦੂਜੇ ਪਾਸੇ ਹੈ ਕਿ ਉਹ ਉਹਨੂੰ ਘਰ ਦੇ ਵਿੱਚ ਮਾਂ ਦਾ ਦਾ ਰੋਲ ਪਤਨੀ ਦਾ ਰੋਲ ਧੀ ਦਾ ਲਾਣੇ ਕਾ ਰੋਲ ਜਿਹੜੇ ਘਰ ਦੇ ਸਾਰੇ ਰੋਲ ਨੇ ਉਹ ਵੀ ਉਹਨੂੰ ਕਰਨੇ ਪੈਂਦੇ ਨੇ ਇਹ ਸਾਰੇ ਦੇ ਵਿੱਚ ਉਹ ਆਪ ਕਿੱਥੇ ਰਹਿ ਜਾਂਦੀ ਹੈਗੀ ਉਹਦਾ ਆਪਣਾ ਆਪ ਕਿੰਨਾ ਕੁ ਟੁੱਟਦਾ ਹੈਗਾ ਕੀ ਉਹ ਇਹਨਾਂ ਸਾਰੇ ਦੇ ਵਿੱਚ ਆਪਣੇ ਆਪ ਨੂੰ ਕੋਈ ਨਵਾਂ ਰੂਪ ਉਹ ਗ੍ਰਹਿਣ ਕਰਦੀ ਹੈਗੀਏ ਤੇ ਕਿ ਜਾਂ ਸਿਰਫ ਉਹਦੇ ਹਿੱਸੇ 'ਚ دشਵਾਰੀਆਂ ਹੀ ਆਉਂਦੀਆਂ ਨੇ ਮਤਲਬ ਇਹ ਜਿਹੜਾ ਸਵਾਲ ਆ ਨਾ ਮੈਨੂੰ ਬਹੁਤ ਤਿੱਖੀ ਤਰ੍ਹਾਂ ਬਾਦਰ ਕਰ ਰਿਹਾ ਸੀਗਾ ਇੱਕ ਸ਼ਬਦ ਹੁੰਦਾ ਚਰਿੱਤਰ ਅਸੀਂ ਜੇ ਗੱਲ ਕਰਦੇ ਆ ਮੰਨ ਲਓ ਸਾਹਿਤ ਦੇ ਵਿੱਚ ਇਸ ਗੱਲ ਕਰੀਏ ਵੱਖ-ਵੱਖ ਰਚਨਾਵਾਂ ਲਿਖੀਆਂ ਗਈਆਂ ਨੇ ਉਹਦੇ ਵਿੱਚ ਕਰੈਕਟਰ ਹੁੰਦਾ ਕਰੈਕਟਰ ਨੂੰ ਅਸੀਂ ਚਰਿੱਤਰ ਦਾ ਪੰਜਾਬੀ ਦੇ ਵਿੱਚ ਕਹਿ ਸਕਦੇ ਹਾਂ ਕਿ ਚਰਿੱਤਰ ਚਰਿੱਤਰ ਕੀ ਹੁੰਦਾ ਇਸ ਸ਼ਬਦ ਦੀ ਪਰਿਭਾਸ਼ਾ ਤੁਹਾਡੀ ਨਜ਼ਰ ਦੇ ਵਿੱਚ ਕੀ ਹੈ ਜੇ ਮੈਂ ਸਹਿਬਾਂ ਦੇ ਹਵਾਲੇ ਨਾਲ ਹੀ ਗੱਲ ਕਰਨੀ ਚਾਹਾਂ ਤਾਂ ਇਸ ਇਸ ਜਿਹੜੀ ਨਾਇਕਾ ਹੈ ਉਹ ਆਪਣੇ ਵਿਆਹਤਾ ਜੀਵਨ ਚ ਖੁਸ਼ ਨਹੀਂ ਹੈਗੀ ਹੂੰ ਉਹਦੇ ਵਿਆਹ ਤੋਂ ਬਾਹਰ ਇਹ ਸਬੰਧ ਬਣਦੇ ਨੇ ਹੂੰ ਹੂੰ ਪਰ ਜਿੱਥੇ ਉਹ ਸਬੰਧ ਬਣਾਉਂਦੀ ਹੈਗੀ ਆ ਉਹ ਵੀ ਜਦੋਂ ਉਹ ਇੱਕ ਇੱਕ ਕਰ ਸਥਿਤੀ ਦੇ ਵਿੱਚ ਘਿਰਦੀ ਹੈਗੀ ਆ ਉਥੇ ਉਹ ਵੀ ਉਹਦਾ ਸਾਥ ਨਹੀਂ ਦਿੰਦਾ ਹੈਗਾ ਉਹ ਵੀ ਐਸਕੇਪ ਕਰ ਜਾਂਦਾ ਹੈਗਾ ਤੇ ਮਾਰੀ ਔਰਤ ਜਾਂਦੀ ਹੈਗੀ ਠੀਕ ਹੈ ਜੀ ਚਰਿੱਤਰ ਦੇ ਜਿਹੜੇ ਅਰਥ ਨੇ ਇਹ ਬਦਲਦੇ ਨੇ ਹੈਨਾ ਸਥਿਤੀ ਕ ਟਾਈਮ ਤੇ ਸਪੇਸ ਦੋ ਫੈਕਟਰਸ ਨੇ ਜਿਹੜੇ ਚਰਿੱਤਰ ਦੇ ਅਰਥਾਂ ਨੂੰ ਬਦਲਦੇ ਨੇ ਅਸੀਂ ਚਰਿੱਤਰ ਦੇ ਅਰਥ ਉਹ ਮੈਂ ਉਹ ਨਹੀਂ ਲੈਂਦੀ ਹੈਗੀ ਹੈਨਾ ਕਿ ਨੈਤਿਕਤਾ ਸਦਾਚਾਰ ਹੈਨਾ ਨੈਤਿਕਤਾ ਕੀ ਹੈਗੀ ਹੈ ਸਦਾਚਾਰ ਕੀ ਹੈਗਾ ਜਦੋਂ ਸੀ ਕਹਨੇ ਹੈ ਕਿ ਇੱਕ ਚੋਰ ਵੀ ਕਿਸੇ ਸਥਿਤੀ ਦੇ ਵਿੱਚ ਉਹਦਾ ਵੀ ਨਿਸ਼ਤਾਰਾ ਹੋ ਜਾਂਦਾ ਹੈਗਾ ਇੱਕ ਕਾਤਲ ਦਾ ਨਿਸ਼ਤਾਰਾ ਹੋ ਜਾਂਦਾ ਹੈਗਾ ਤੇ ਇੱਕ 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 ਜਦੋਂ ਤਾ ਕੇ ਕਿਸੇ ਚਰਿੱਤਰ ਨੂੰ ਨੂੰ ਤੁਸੀਂ ਚਰਿੱਤਰਹੀਨ ਨਾ ਚਰਿੱਤਰਹੀਨ ਸ਼ਬਦ ਜਿਹੜਾ ਹੈਗਾ ਨਾ ਇਹ ਇਹਦੇ ਅਰਥ ਸਦੀਆਂ ਤੋਂ ਦੇ ਵਹਾਅ ਦੇ ਨਾਲ ਬਦਲਦੇ ਰਹੇ ਨੇ ਯਾਨੀ ਕਿ ਤੁਹਾਡੇ ਮਤਲਬ ਸਪੇਸ অর ਟਾਈਮ ਜਗਾਹ ਔਰ ਸਮਾਂ ਇਹ ਪਰਭਾਸ਼ਾ ਦਿੰਦਾ ਕਿ ਉਸ ਵਕਤ ਚਰਿੱਤਰ ਕੀ ਸੀ ਜਾਂ ਕੀਤੀ ਗਈ ਕਾਰਵਾਈਆਂ ਦਾ ਜੋ ਸਾਡੇ ਸਾਹਮਣੇ ਪ੍ਰੈਜ਼ੈਂਟ ਹੁੰਦਾ ਸੀਗਾ ਉਸ ਟਾਈਮ ਇਨਸਾਨ ਉਹਨੂੰ ਉਸੇ ਚਰਿੱਤਰ ਮੰਨਦੇ ਆ। ਬਿਲਕੁਲ। ਇਹ ਗੱਲਾਂ ਇਸ ਤਰ੍ਹਾਂ ਅਸੀਂ ਜਾਰੀ ਰੱਖਾਂਗੇ ਲੇਕਿਨ ਹੁਣ ਵਕਤ ਹੋ ਚੱਕ ਰਿਹਾ ਹੈ ਇੱਕ ਛੋਟੇ ਜਿਹੇ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਅਸੀਂ ਤੁਹਾਨੂੰ ਦੁਬਾਰਾ ਮਿਲਦੇ ਆ। ਸਵਾਗਤ ਹੈ ਇੱਕ ਰੀ ਫੇਰ ਤੋਂ ਤੁਹਾਡਾ ਪ੍ਰੋਗਰਾਮ ਸਾਹਿਤਿਕ ਤੰਦਾਂ ਦੇ ਵਿੱਚ ਔਰ ਗੱਲਬਾਤ ਕਰ ਰਹੇ ਆ ਅਸੀਂ ਡਾਕਟਰ ਮਨਜੀਤਪਾਲ ਕੌਰ ਹਰਾ ਦੇ ਨਾਲ। ਡਾਕਟਰ ਸਾਹਿਬ ਅ ਕਾਰਨਾਟਕ ਦੀ ਅਸੀਂ ਗੱਲ ਕਰ ਲਈ। ਅ ਕਿਸ ਤਰ੍ਹਾਂ ਉਤਪਤੀ ਹੋਈ ਤੁਹਾਡੇ ਜ਼ਿਹਨ ਦੇ ਵਿੱਚ ਤੇ ਤੁਸੀਂ ਇਸ ਚੀਜ਼ ਵੱਲ ਆਏ। ਅ ਅੱਗੇ ਗੱਲਾਂ ਕਰਨ ਤੋਂ ਪਹਿਲਾਂ ਮੈਂ ਥੋੜੀ ਬਚਪਨ ਦੇ ਵਾਲ ਆਪਣੇ ਦਰਸ਼ਕਾਂ ਨੂੰ ਜਾਣਤਮਰ ਬਣਾਉਣਾ ਚਾਹਨਾ ਤੁਹਾਡੇ ਜ਼ੁਬਾਨ ਤੋਂ ਮੈਂ ਉਹ ਸ਼ਬਦ ਸੁਣਨਾ ਚਾਹੁੰਨਾ ਕਿ ਤੁਸੀਂ ਜੰਪਲ ਕਿੱਥੋਂ ਦੇ ਜੇ ਔਰ ਕਿਸ ਇਲਾਕੇ ਨੂੰ ਬਿਲੋਂਗ ਕਰਦੇ ਜੀ ਔਰ ਕਿਸ ਤਰ੍ਹਾਂ ਤੁਸੀਂ ਆਪਣਾ ਸਫ਼ਰ ਤੈਅ ਕੀਤਾ ਇੱਕ ਆਰਟਿਸਟ ਦੇ ਰੂਪ ਦੇ ਵਿੱਚ ਇੱਕ ਐਜੂਕੇਸ਼ਨਿਸਟ ਦੇ ਰੂਪ ਦੇ ਵਿੱਚ ਮੈਂ ਫਰੀਦਕੋਟ ਮੇਰਾ ਪਿੱਕਾ ਸ਼ਹਿਰ ਹੈ ਅੱਛਾ ਜੀ ਮੇਰੇ ਮਦਰ ਵੋਕਲ 뮤직 ਦੇ টিਚਰ ਸੀਗੇ ਮੇਰੇ ਫਾਦਰ ਡਰਾਇੰਗ টিਚਰ ਸੀ ਮੇਰਾ ਬਚਪਨ ਉਹਨਾਂ ਦੋਨੋਂ ਦੇ ਸਾਥ ਦੇ ਵਿੱਚ ਨੱਚਦੇ ਬੀਤਿਆ ਇਹਦਾ ਮਤਲਬ ਇਹ ਹੈ ਕਿ ਤੁਹਾਨੂੰ ਵਿਰਾਸਤ ਦੇ ਵਿੱਚ ਹੀ 8 ਮਿਲਿਆ ਹੋਇਆ ਮੈਨੂੰ ਲੱਗਦਾ ਹੈ ਕਿ ਕੁਝ ਅਸਰ ਹੈ ਮੇਰੇ ਪੇਰੈਂਟਸ ਦਾ ਉਹ ਡਾਂਸ ਸੀਗੇ ਮਦਰ 뮤직 ਦੇ ਸੀਗੇ ਤੇ ਤੁਸੀਂ ਨੱਚਦੇ ਮਤਲਬ ਨੱਚਦੇ ਦਾ ਮਤਲਬ ਮੈਂ ਸਕੂਲ ਕਾਲਜ ਦੀ ਸਟੇਜ ਤੇ ਕੰਪੀਟੀਸ਼ਨ ਜਿਹੜਾ ਵੀ ਕੋਈ ਹੁੰਦਾ ਸੀ ਉਹ ਚ ਪਾਰਟਿਸਪੇਟ ਕਰ ਰਹੀ ਸੀ ਐਜ਼ ਅ ਐਜ਼ ਅ ਡਾਂਸਰ ਐਜ਼ ਸੋਲੋ ਡਾਂਸਰ ਸੋਲੋ ਡਾਂਸਰ ਕਥਕ ਕਰਦੇ ਰਹੇ ਤੁਸੀਂ ਮੇਰੇ ਮਦਰ ਹਾਰਮੋਨੀਅਮ ਤਾਨਪੂਰ ਆਸਿਤਾਰ ਕੋਈ ਕੋਈ ਸਾਜ਼ ਹੋ ਜਾ ਰਹੇ ਉਹਨੇ ਸੀ ਨਾਲ ਗਾ ਰਹੇ ਹੁੰਦੇ ਸੀ ਕਈ ਵਾਰੀ ਤੇ ਮੇਰੇ ਫਾਦਰ ਤਬਲਾ ਤੇ ਸਾਥ ਦੇ ਰਹੇ ਹੁੰਦੇ ਸੀ ਮੈਂ ਸਟੇਜ ਤੇ ਪਰਫਾਰਮ ਕਰ ਰਹੀ ਹੁੰਦੀ ਸੀ ਔਰ ਕਿਨੇ ਚਿਰ ਤੱਕ ਕੀਤਾ ਤੁਸੀਂ ਇਹ ਕਾਲਜ ਤੱਕ ਪ੍ਰੈਪ ਤੱਕ ਚੱਲਿਆ ਹੈਗਾ ਠੀਕ ਹੈ ਮੈਂ ਪ੍ਰੈਪ ਦੇ ਵਿੱਚ ਵੀ ਯੂਥ ਫੈਸਟੀਵਲ ਚ ਸੋਲੋ ਪਰਫੋਰਮੈਂਸ ਦਿੱਤੀ ਸੀਗੀ ਪ੍ਰੈਪ ਕਿਥੋਂ ਕੀਤੀ ਤੁਸੀਂ ਫਰੀਦਕੋਟ ਤੋਂ ਹੀ ਕੀਤੀ ਸੀਗੀ ਅੱਛਾ ਵੀ ਫਰੀਦਕੋਟ ਤੇ ਜੇ ਉਦੋਂ ਤੱਕ ਰਿਹਾ ਫਿਰ ਮੇਰਾ ਮੈਰਿਜ ਹੋ ਗਿਆ ਉਸ ਤੋਂ ਬਾਅਦ ਫਿਰ ਸਭ ਕੁਝ ਛੁੱਟ ਗਿਆ ਅੱਛਾ ਜੀ ਯਾਨੀ ਕਿ ਮੈਰਿਜ ਕਿਦੋਂ ਪ੍ਰੈਪ ਤੋਂ ਹੀ ਹੋ ਗਈ ਸੀਗੀ ਮੇਰੀ ਪ੍ਰੈਪ ਦਾ ਮੈਂ ਪੇਪਰ ਦਿੱਤੇ ਹੋਏ ਸੀਗੇ ਜਦੋਂ ਰਿਜ਼ਲਟ ਨਹੀਂ ਸੀ ਆਇਆ ਤੇ ਜਦੋਂ ਮੇਰਾ ਵਿਆਹ ਹੋ ਗਿਆ ਸੀਗਾ ਅੱਛਾ ਜੀ ਤੇ ਫਿਰ ਜਿਹੜੀ ਜਿਹੜੀ ਅਗਲੀ ਉਚੇਰੀ ਸਿੱਖਿਆ ਫਿਰ ਤੁਸੀਂ ਉਹ ਵਿਆਹ ਤੋਂ ਬਾਅਦ ਲਈ ਹਾਂ ਹਾਂ ਬੀਏ ਮੈਂ ਕੀਤੀ ਸੀਗੀ ਖਾਸਾ ਕਾਲਜ ਫਾਰ ਵੂਮਨ ਲੁਧਿਆਣਾ ਤੋਂ ਅੱਛਾ ਜੀ ਤੇ ਐਮਏ ਗਵਰਨਮੈਂਟ ਕਾਲਜ ਲੁਧਿਆਣਾ ਤੋਂ पीएचडी गुणनानक देव यूनिवर्सिटी ਤੋਂ ਕੀਤੀ ਸੀਗੀ ਠੀਕ ਹੈ ਜੀ ਇਹ ਕਿਸ ਤਰ੍ਹਾਂ ਤੁਹਾਨੂੰ ਉਹਦਾ ਆਇਆ ਕਿ ਮੈਂ ਮੇਰੇ ਬਨੇ ਮੈਰिज ਹੋ ਗਈ ਹੈ ਤੁਹਾਨੂੰ ਡਾਕਟਰ ਸਾਹਿਬ ਨੇ ਕਿਹਾ ਸੀ ਕਿਉਂਕਿ ਡਾਕਟਰ ਸਾਹਿਬ ਵੀ ਅੰਗਰੇਜ਼ੀ ਵਿਭਾਗ ਦੇ ਮੁਖੀ ਰਹਿ ਚੁਕੇ ਨੇ ਡਾਕਟਰ ਗਿਲਹੋਨੀ ਡਾਕਟਰ ਸਾਹਿਬ ਤਾਂ ਕਾਰਨ ਹੋਣਾ ਹੀ ਸੀਗਾ ਅੱਛਾ ਜੀ ਪਰ ਮੈਨੂੰ ਆਪ ਨੂੰ ਵੀ 1 ਸਾਲ ਦੇ ਵਿੱਚ ਵਿੱਚ ਮਹਿਸੂਸ ਹੋ ਗਿਆ ਸੀ ਵੀ ਪਹਿਲਾਂ ਤਾਂ ਮੈਂ ਅਮਰਤਾ ਪ੍ਰੀਤਮ ਦਾ ਡਾਕਟਰ ਦੇਵ ਤੋਂ ਪ੍ਰਭਾਵਿਤ ਹੋਈ ਸੀ ਵੀ ਵਾਈਫ ਜੁੜੀਆਂ ਨੂੰ ਬੜੀ ਕਮਿਟਿਡ ਹੋਣੀ ਚਾਹੀਦੀ ਹੈ ਪਤੀ ਦੀ ਸੇਵਾ ਕਰਨੀ ਚਾਹੀਦੀ ਹੈ ਇਹ ਕਰਨਾ ਚਾਹੀਦਾ ਉਹ ਕਰਾਂ ਤੇ ਫਿਰ ਮੈਨੂੰ ਮੇਰੀ ਅੱਖਾਂ ਖੁੱਲ ਗਿਆ ਇੱਕ ਸਾਲ ਦੇ ਵਿੱਚ ਵਿੱਚ ਜੀ ਪਤਾ ਲੱਗਿਆ ਮੈਂ ਟਾਈਫਾਇਡ ਹੋ ਗਿਆ ਸੀਗਾ ਦੋ ਤਿੰਨ ਮਹੀਨੇ ਬਾਅਦ ਹੀ ਸੋਚ ਸੋਚ ਗਈ ਆ ਥੋੜੀ ਦੇਰ ਬਾਅਦ ਹੀ ਫਿਰ ਮੇਰੀ ਖੁੱਲ ਗਈ ਅੱਖਾਂ ਵਿੱਚ ਪਤਾ ਲੱਗਿਆ ਵੀ ਜੇ ਪੜਹੀ ਨਹੀਂ ਤਾਂ ਗੋਹਾ ਖੂਆ ਕਰਨਾ ਪਊਗਾ ਸੋ ਪੜਨਾ ਬਹੁਤ ਲਾਜ਼ਮੀ ਤੇ ਫਿਰ ਤੁਸੀਂ ਡਾਕਟਰ ਗਿਲ ਹੋਰਾਂ ਦੇ ਅੱਗੇ ਗੱਲ ਕੀਤੀ ਕਿ ਮੈਂ ਪੜਨਾ ਚਾਹੁੰਦੀ ਹਾਂ ਜਾਂ ਉਹਨਾਂ ਨੇ ਆਪ ਹੀ ਕਿਹਾ ਸੀ ਮੇਰੇ ਫਾਦਰ ਲਾ ਬਹੁਤ ਹਸਾਸ ਮੈਂ ਮੈਂ ਜਿਵੇਂ ਪੜ ਸਕੀ ਆ ਤੇ ਮੈਨੂੰ ਲੱਗਦਾ ਮੈਂ ਆਪਣੇ ਸਾਸਰ ਦੇ ਸਹਿਯੋਗ ਕਰਨ ਪੜ ਸਕੀ ਆ ਡਾਕਟਰ ਸਾਹਿਬ ਦਾਤਾ ਚਲੋ ਇੱਕ ਰੋਲ ਹੁੰਦਾ ਹੀ ਆ ਹਸਬੰਦ ਦਾ ਜੀ ਜੀ ਪਰ ਜਿਹੜਾ ਸਹਿਯੋਗ ਹੁੰਦਾ ਨਾ ਉਹ ਘਰ ਚੋਂ ਮਿਲਣਾ ਚਾਹੀਦਾ ਹੁੰਦਾ ਸੋਹਰਾ ਕਰ ਜੇ ਹੋਵੇ ਤੇ ਜੇਕਰ ਤੁਹਾਡੇ ਇਨ ਲਾਜ਼ ਦੀ ਚਾਹੁੰਦੇ ਹੈਗੇ ਵੀ ਤੁਸੀਂ ਪੜੋ ਤਾਂ ਕੋਈ ਕੁੜੀ ਨਹੀਂ ਪੜ ਸਕਦੀ ਪਰ ਡਾਕਟਰ ਤੇਜਵੰਤ ਗਿੱਲ ਹੋਰੀ ਤਾਂ ਅੰਗਰੇਜ਼ੀ ਦੇ ਹੈੱਡ ਆਫ ਦਾ ਡਿਪਾਰਟਮੈਂਟ ਵੀ ਰਹੇ ਹੋ ਰਹੇ ਅੰਗਰੇਜ਼ੀ ਸਬਜੈਕਟ ਦੀ ਅੰਗਰੇਜ਼ੀ ਦੀ ਬੀਏ ਦੇ ਵਿੱਚ ਪੜਨ ਲਈ ਕੌਸ਼ਲ ਦੀ ਅਕੈਡਮੀ ਜਾਂਦੀ ਹੁੰਦੀ ਸੀ ਡਾਕਟਰ ਸਾਹਿਬ ਕੋ ਨਹੀਂ ਪੜੇ ਡਾਕਟਰ ਸਾਹਿਬ ਹੁੰਦਾ ਸੀਗਾ ਐਨਕੋਲੇ ਐਨਕੋ ਟਾਈਮ ਨਹੀਂ ਸੀ ਹੁੰਦਾ ਕਿ ਇਹ ਮੈਨੂੰ ਕੋਈ ਚੀਜ਼ ਸਮਝਾ ਕੇ ਦਸਣ ਵੀ ਇਹ ਪ੍ਰੈਸੀ ਇੰਜ ਕਰੀਦੀ ਹੈ ਜਾਂ ਆਇਆ ਕਰਨਾ ਇਹਨਾਂ ਕੋਲੇ ਨਹੀਂ ਸਿਨਾ ਬੀ ਡਾਕਟਰ ਸਾਹਿਬ ਉਸ ਟਾਈਮ ਪੜ੍ਹਦੇ ਸੀ ਜਾਂ ਪੜਾਉਂਦੇ ਸੀ ਡਾਕਟਰ ਸਾਹਿਬ ਪੀ ਐਚ ਡੀ ਕਰ ਰਹੇ ਸੀਗੇ ਡਾਕਟਰ ਸਾਹਿਬ ਪੀ ਐਚ ਡੀ ਕਰ ਰਹੇ ਸੀਗੇ ਇਹਨਾਂ ਦੀ ਪੀ ਐਚ ਡੀ ਦਾ ਕੰਮ ਚੱਲ ਰਿਹਾ ਡਾਕਟਰ ਸਾਹਿਬ ਅੰਗਰੇਜ਼ੀ ਦੇ ਵਿੱਚ ਉਹਨਾਂ ਦਾ ਸਬਜੈਕਟ ਰਿਹਾ ਔਰ ਤੁਸੀਂ ਪੰਜਾਬੀ ਚੁਣੀ ਇਹ ਕਿਸ ਤਰ੍ਹਾਂ ਮਤਲਬ ਤੁਹਾਡੇ ਮਨ ਚ ਆਇਆ ਮੈਂ ਪੰਜਾਬੀ ਤਾਂ ਮੈਂ ਮੈਂ ਪੜ੍ਹਨਾ ਹੀ ਨਹੀਂ ਚਾਹੁੰਦੀ ਸੀਗੀ ਮੈਂ ਤਾਂ ਮੇਰੇ ਸਬਜੈਕਟਸ ਪਹਿਲਾਂ ਸੀਗੇ ਫਾਈਨ ਆਰਟਸ ਅੱਛਾ ਜੀ ਫਾਈਨ ਆਰਟਸ ਤੇ 뮤직 ওকে ਪੰਜਾਬੀ ਮੈਨੂੰ ਲੈਣੀ ਪਈ ਤੇ ਐਮਏ ਵੀ ਕਰਨੀ ਪਈ ਕਿਉਂਕਿ ਨਾ ਤਾਂ ਮੈਂ ਸਤਾਰ ਵਿਆਹ ਤੋਂ ਬਾਅਦ ਜਾ ਸਕਦੀ ਸੀ ਕਿ ਮੇਰੇ ਕੋਲ ਇਨਸਟਰੂਮੈਂਟਲ 뮤직 ਸੀ ਪ੍ਰੈਪ ਦੇ ਵਿੱਚ ਅੱਛਾ ਜੀ ਤੇ ਫਾਈਨ ਆਰਟਸ ਦਾ ਨਾਲ ਮੈਂ ਬੀਏ ਕੀਤੀ ਸੀਗੀ ਪੇਂਟਿੰਗ ਮੇਰਾ ਮਨ ਲੱਗਾ ਸੀ ਮੈਂ ਪੇਂਟਿੰਗ ਚ ਐਮਏ ਕਰਨੀ ਚਾਹੁੰਦੀ ਸੀ ਪਰ ਲੁਧਿਆਣੇ ਉਸ ਵੇਲੇ ਐਮਏ ਨਹੀਂ ਸੀ ਐ ਫਾਈਨ ਆਰਟ ਸੀ ਠੀਕ ਹੈ ਜੀ ਸੋ ਇਸ ਕਰਕੇ ਮੈਨੂੰ ਐਮਏ ਪੰਜਾਬੀ ਚ ਕਰਨੀ ਪਈ ਪਰ ਮੈਂ 골ਡ ਮੈਡਲ ਲਿਆ ਸੀ ਠੀਕ ਹੈ ਜੀ ਉੱਥੇ ਸਿੱਕਾ ਮਨਵਾਇਆ ਸੀ ਆਪਣਾ ਡਾਕਟਰ ਬੜੀ ਵੱਡੀ ਗੱਲ ਆ ਕਿ ਜਿਸ ਸਬਜੈਕਟ ਨੂੰ ਤੁਸੀਂ ਪਹਿਲਾਂ ਪੜ੍ਹਨਾ ਨਹੀਂ ਸੀ ਚਾਹੁੰਦੇ ਕਿਸਮਤਾਂ ਨੇ ਉਹ ਸਬਜੈਕਟ ਵੱਲ ਲੈ ਕੇ ਆਈ ਬਿਲਕੁਲ ਉਹਦੇ ਵਿੱਚ 골ਡ ਮੈਡਲ ਲਿਆ ਔਰ ਉਸ ਵਿੱਚ ਇੰਨੀ شدت ਦੇ ਨਾਲ ਤੁਸੀਂ ਪੜ੍ਹਾਈ ਕੀਤੀ ਔਰ ਨਵੇਂ-ਨਵੇਂ ਆयाम ਦਿੱਤੇ ਤੁਸੀਂ ਸਾਹਿਤ ਨੂੰ ਜਿਹਦੇ ਵਿੱਚ ਸਭ ਤੋਂ ਵੱਡਾ ਆयाम ਇਹ ਹੈ ਕਿ ਸਭ ਤੋਂ ਵੱਡਾ ਰੂਪ ਤੁਸੀਂ ਦਿੱਤਾ ਕਿ ਸੁੰਦਰਾ ਕਾਵਨਾਟਕ ਜਿਹੜਾ ਪੂਰੀ ਦੁਨੀਆ ਦੇ ਵਿੱਚ ਮਸ਼ਹੂਰ ਹੋਇਆ ਔਰ ਜਿਹਦਾ ਅੰਗਰੇਜ਼ੀ ਦੇ ਵਿੱਚ ਤਰਜਮਾ ਵੀ ਹੋਇਆ ਔਰ ਉਸ ਦੇ ਨਾਲ ਨਾਲ ਉਸ ਨੂੰ ਬਰਤਾਨੀਆ ਸਰਕਾਰ ਦੇ ਵੱਲੋਂ ਵੀ ਤੁਹਾਨੂੰ ਉੱਥੇ ਰਿਸਰਚ ਵਾਸਤੇ ਬੁਲਾਇਆ ਗਿਆ ਇੱਕ ਕਿਸ ਤਰ੍ਹਾਂ ਗਹਿਰਾਈ 'ਚ ਤੁਸੀਂ ਉਤਰੇ ਪੰਜਾਬੀ ਦੀ ਮਾਂ ਬੋਲੀ ਦੀ ਗਹਿਰਾਈ ਦੇ ਵਿੱਚ ਇਹ ਲੱਗ ਕਿ ਤੁਸੀਂ ਡਾਕਟਰ ਤੇਜਵੰਦ ਮਿਰਾਲੀ ਚੈਲੰਜ ਸੀ ਅੱਛਾ ਜੀ ਕਿਉਂਕਿ ਉਹਨਾਂ ਦਾ ਸੰਸਿੰਘ ਸੇਖੋਂ ਉਨ ਦੇ ਪੰਜ ਜਹੋਂ ਕਰਕੇ ਪੰਜਾਬੀ ਸਾਹਿਤਿਕ જગਤ 'ਚ ਇੱਕ ਨਾਮ ਬਣਿਆ ਹੋਇਆ ਸੀਗਾ ਠੀਕ ਹੈ ਜੀ ਤੇ ਉਹਨਾਂ ਨੂੰ ਉਹਦਾ ਵਾਰਿਸ ਕਿਹਾ ਜਾਂਦਾ ਸੀ ਠੀਕ ਹੈ ਜੀ ਤੇ ਮੈਂ ਬਚਪਨ ਦੇ ਵਿੱਚ ਜਿੱਥੇ ਵੀ ਜਿਸ ਵੀ ਸਟੇਜ ਤੇ ਪਰਫਾਰਮੈਂਸ ਦਿੱਤੀ ਸੀਗੀ ਫਰਸਟ ਪ੍ਰਾਈਜ਼ ਮੇਰਾ ਹੀ ਹੁੰਦਾ ਸੀਗਾ ਮੈਨੂੰ ਇੰਨਾ ਕੰਫੀਡੈਂਸ ਸੀਗਾ ਵੀ ਕੋਈ ਹੋਰ ਪ੍ਰਾਈਜ਼ ਲੈ ਜਾ ਹੀ ਨਹੀਂ ਸਕਦਾ ਨਾ ਕਿ ਚਾਹੇ ਉਹ ਮੇਰੇ ਮੈਂ ਸਕੂਲ ਦੀ ਵਿਦਿਆਰਥਣਾਂ ਮੇਰੇ ਨਾਲ ਕੰਪੀਟੀਸ਼ਨ 'ਚ ਕਾਲਜ ਦੀ ਕੋਈ ਸਟੂਡੈਂਟ ਵੀ ਹੈਗੀ ਹਿੰਦੇ ਤਾਂ ਵੀ ਮੈਨੂੰ ਲੱਗਦਾ ਸੀ ਪ੍ਰਾਈਜ਼ ਮੇਰਾ ਹੀ ਹੋਊਗਾ ਠੀਕ ਹੈ ਜੀ ਤੇ ਵਾਰ ਤੋਂ ਬਾਅਦ ਮੈਨੂੰ ਮੇਰੇ ਖਿਆਲ ਚ ਬੜ ਇੱਕ ਅਨਕੌਸ਼ੀਅਸ ਜਿਹਾ ਸੀਗਾ ਜਦ ਮੈਂ ਹੁਣ ਉਸ ਨੂੰ ਅਨਾਲਾਈਸਿਸ ਕਰਦੇ ਆ ਜੀ ਕਿ ਮੈਂ ਆਪਣਾ ਆਪ ਵੀ ਜਿਤਾਉਣਾ ਹੈਗਾ ਮੈਂ ਸਿਰਫ ਮਿਸਿਸ ਤੇਜਵੰਤ ਨਹੀਂ ਬਣਨਾ ਹੈਗਾ ਜੀ 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 ਮੈਂ ਮਨਜੀਤਪਾਲ ਬਣਨਾ ਹੈਗਾ ਜੀ ਜੀ ਔਰ ਮਨਜੀਤਪਾਲ ਬਣਨ ਨੇ ਇਹ ਸਭ ਕੁਝ ਕਰਵਾਇਆ ਹੈ ਕੀ ਬਾਤ ਹੈ ਬਹੁਤ ਵਧੀਆ ਤੇ ਡਾਕਟਰ ਸਭ ਕਦੀ ਗੱਲਾਂ 'ਚ ਤੁਹਾਡੀ ਕਦੀ ਕੋਈ ਇੱਕ ਦੂਜੇ ਨਾਲ ਆਲੋਚਨਾਤਮਕ ਮੈਂ ਉਹ ਸਾਡੀ ਆਲੋਚਨਾ ਤੋਂ ਗੱਲਬਾਤ ਨਹੀਂ ਹੁੰਦੀ ਹੈਗੀ ਜੀ ਕਿਉਂਕਿ ਮੈਂ ਆਲੋਚਨਾ ਤੋਂ ਪਾਸਾ ਵੱਟ ਲਿਆ ਸੀਗਾ ਅੱਛਾ ਜੀ ਕਿਉਂਕਿ ਜਦੋਂ ਸ਼ੁਰੂ ਦੇ ਵਿੱਚ ਜੋ ਮੈਂ ਲਿਖਣਾ ਸ਼ੁਰੂ ਕੀਤਾ ਤਾਂ ਸਾਰਿਆਂ ਨੇ ਕਹਿਣਾ ਇਹ ਤੇਜਵੰਦ ਦਾ ਲਿਖਿਆ ਹੋਊਗਾ ਹੂੰ ਹੂੰ ਕੋਈ ਨਹੀਂ ਸੀ ਮੰਨਦਾ ਵੀ ਇਹ ਮਨਜੀਤਪਾਲ ਦਾ ਇਹ ਮੈਨੂੰ ਇੱਕ ਗੱਲ ਬੜੀ ਤਕਲੀਫ ਹੁੰਦੀ ਸੀਗੀ ਮੈਂ ਕਿਹਾ ਵੀ ਮੈਂ ਅਲੋਚਨਾ ਦੇ ਖੇਤਰ ਚ ਜਾਣਾ ਹੀ ਨਹੀਂ ਪੈ ਰਹੀ ਨਹੀਂ ਪਾਉਣਾ ਹੈਗਾ ਮੈਨੂੰ ਅਲੋਚਨਾ ਆਰਟੀਕਲ ਲਿਖਣੇ ਪਿਆ ਕਿਉਂਕਿ ਸੈਮੀਨਾਰ ਕਾਨਫਰੰਸ ਇਸ ਬੀਇੰਗ ਟੀਚਰ ਪਰ ਯੂਨੀਵਰਸਿਟੀ ਦੇ ਟੀਚਰ ਹੋਣ ਕਰਕੇ ਪਾਰਟਿਸਪੇਟ ਕਰਨਾ ਪੈਂਦਾ ਸੀ ਮੇਰੇ ਅਕੈਡਮਿਕ ਕੈਰੀਅਰ ਦੀ ਮੰਗ ਸੀਗੀ ਜੀ ਜੀ ਉਹ ਕੰਮ ਕੀਤਾ ਪਰ ਮੈਂ ਤਾਂ ਆ ਕੇ ਕ੍ਰியேਟਰ ਵਾਲੇ ਪਾਸੇ ਆ ਗਈ ਸੀ ਕਿ ਮੈਂ ਕਿਹਾ ਵੀ ਮੈਂ ਕਵਿਤਾ ਲਿਖੂਗੀ ਡਰਾਮਾ ਲਿਖੂਗੀ ਇਸ ਵਸੇ ਹੀ ਕੰਮ ਕਰੂ। ਡਾਕਟਰ ਸਾਹਿਬ ਕਿਹੜੇ ਕਿਹੜੇ ਮੁਲਕਾਂ ਦੇ ਵਿੱਚ ਤੁਹਾਨੂੰ ਜਾਣ ਦਾ ਮੌਕਾ ਮਿਲਿਆ? ਮੈਂ ਬਟੌਰ ਐਜੂਕੇਸ਼ਨਿਸਟ। ਬ੍ਰਿਟਿਸ਼ ਕੌਂਸਲ ਵੱਲੋਂ ਦਾ ਇੰਗਲੈਂਡ ਦਾ ਫੇਰ ਫੇਰ ਮੈਂ ਕੈਨੇਡਾ ਤੇ ਅਮਰੀਕਾ। ਠੀਕ ਹੈ। ਦੋ ਕੰਟਰੀਜ਼ ਦੇ ਵਿੱਚ ਵੀ ਵਿਜ਼ਿਟ ਕਰਨ ਦਾ ਇੰਗਲੈਂਡ ਦਾ ਬਹੁਤ ਇੱਕ ਦਿਲਚਸਪ ਕਿੱਸਾ ਬਣਦਾ ਤੁਹਾਡੇ ਨਾਲ ਕਿਉਂਕਿ ਤੁਹਾਨੂੰ ਉਹਨਾਂ ਨੇ ਸਪੈਸ਼ਲ ਸੱਦਾ ਦਿੱਤਾ ਸੀਗਾ। ਬਰਤਾਨੀਆ ਸਰਕਾਰ ਨੇ ਬਿਲਕੁਲ ਬ੍ਰਿਟਿਸ਼ ਕਾਉਂਸਲ ਵੱਲੋਂ ਇਹ ਅਸਾਈਨਮੈਂਟ ਸੀਗੀ ਉਹਨਾਂ ਨੇ ਮੈਨੂੰ ਪੇ ਕੀਤਾ ਸੀ ਟੂ ਮੀਟ ਬ੍ਰਿਟਿਸ਼ ਪਲੇ ਰਾਈਟਸ ਓਕੇ ਤੇ ਮੈਂ ਫਿਰ ਉੱਥੇ ਇੱਕ ਹਫਤੇ ਦੀ ਇਹ ਅਸਾਈਨਮੈਂਟ ਸੀਗੀ ਮੈਂ ਵਕ ਉਹ ਅਰੇਂਜ ਕਰ ਦਿੰਦੇ ਹੁੰਦੇ ਸੀਗੇ ਅੱਛਾ ਜੀ ਕਾਉਂਸਲ ਵਾਲੇ ਅਰੇਂਜ ਕਰ ਦਿੰਦੇ ਸੀਗੇ ਮੇਰੀਆਂ ਮੀਟਿੰਗਸ ਤੇ ਮੈਂ ਵਕ ਵੱਖਰੇ ਵੱਖਰੇ ਥਾਵਾਂ ਤੇ ਜਾ ਕੇ ਮਿਲੀ ਸੀਗੀ ਕਿਹਦਾ ਤਜਰਬਾ ਰਿਹਾ ਤੁਹਾਨੂੰ ਉੱਥੇ ਬਹੁਤ ਅੱਛਾ ਬਹੁਤ ਅੱਛਾ ਪੰਜਾਬੀ ਲੈਂਗੁਏਜ ਨੂੰ ਤੁਸੀਂ ਬਰਤਾਨੀਆਂ ਦੇ ਵਕ ਵਕ ਲੋਕਾਂ ਦੇ ਅੱਗੇ ਪ੍ਰੈਜੈਂਟ ਕਰਨਾ ਬੜੀ ਮਾਣ ਦੀ ਗੱਲ ਹੁੰਦੀ ਸੀ ਬਹੁਤ ਅੱਛਾ ਮੈਂ ਮੇਰੀ ਕੋਸ਼ਿਸ਼ ਹੁੰਦੀ ਸੀ ਕਿ ਮੈਂ ਉਹਨਾਂ ਤੋਂ ਵੱਧ ਤੋਂ ਵੱਧ ਲੈ ਸਕਾਂ ਤੇ ਨੇਚਰਲੀ ਇਸੇ ਤਰ੍ਹਾਂ ਨਹੀਂ ਉਹਨਾਂ ਦੀ ਨਹੀਂ ਸੀ ਕਿ ਉਹ ਮੈਥੋਂ ਜਾਣ ਸਕਣ ਕਿ ਪੰਜਾਬੀ ਦੇ ਵਿੱਚ ਕੀ ਹੋ ਰਿਹਾ ਹੈਗਾ ਜਾਂ ਇੰਡੀਆ ਦੇ ਲਿਟਰੇਚਰ ਦੇ ਵਿੱਚ ਕੀ ਹੋ ਰਿਹਾ ਹੈਗਾ ਬੜੀ ਦਿਲਚਸਪੀ ਹੈ ਡਾਕਟਰ ਸਾਹਿਬ ਇਹ ਗੱਲਾਂ ਅਸੀਂ ਇਦਾਂ ਜਾਰੀ ਰੱਖਦੇ ਆਂ ਲੇਕਿਨ ਵਕਤ ਹੋ ਚੱਲਿਆ ਇੱਕ ਛੋਟੇ ਜਿਹੇ ਬ੍ਰੇਕ ਦਾ ਅਸੀਂ ਇੱਕ ਬ੍ਰੇਕ ਲੈਨੇ ਆਂ ਤੇ ਉਸ ਤੋਂ ਬਾਅਦ ਦੁਬਾਰਾ ਹਾਜ਼ਰ ਹੋਨੇ ਆਂ ਦੇਖਦੇ ਰਹੋ ਤੁਸੀਂ ਵੀ ਪ੍ਰੋਗਰਾਮ ਸਾਇਹਿਤਿਕ ਤੰਦਾਂ। ਇੱਕ ਵਾਰ ਫੇਰ ਤੋਂ ਸਵਾਗਤ ਤੁਹਾਡਾ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਗੱਲਬਾਤ ਕਰ ਰਹੇ ਆਂ ਡਾਕਟਰ ਮਨਜੀਤ ਪਾਲ ਕੌਰ ਹੋਰਾਂ ਦੇ ਨਾਲ। ਡਾਕਟਰ ਸਾਹਿਬ ਜਦੋਂ ਅਸੀਂ ਗੱਲ ਕਰਦੇ ਆਂ ਪੰਜਾਬੀ ਸਾਹਿਤ ਵਿੱਚ ਤੇ ਬੜੇ ਬੜੇ ਵਕ ਵਕ ਕੈਰੇਕਟਰਸ ਨੇ ਚਰਿੱਤਰ ਨੇ ਜਿਨ੍ਹਾਂ ਦੇ ਉੱਤੇ ਕਾਵਿਨਾਟਕ ਲਿਖੇ ਗਏ। ਔਰ ਤੁਹਾਨੂੰ ਮਾਣ ਹੈ ਹਾਸਲ ਲੈ ਕੇ ਤੁਸੀਂ ਪਹਿਲੇ ਕਾਵਨਾਟਕ ਦੇ ਰੂਪ ਦੇ ਵਿੱਚ ਮੰਨੇ ਜਾਂਦੇ ਹੋ ਸੁੰਦਰਾ ਤੁਹਾਡਾ ਇੱਕ ਨਾਟਕ ਜਿਹੜਾ ਕਾਵਨਾਟਕ ਹੈ ਉਹ ਪੂਰੀ ਦੁਨੀਆ ਦੇ ਵਿੱਚ ਮਸ਼ਹੂਰ ਹੋਇਆ ਅੱਜ ਵੀ ਉਹਦੀ ਕੋਈ ਜੇ ਗੱਲਬਾਤ ਕਰੀਏ ਤੇ ਉਹਦਾ ਕੋਈ ਮੁਕਾਬਲਾ ਹੀ ਨਹੀਂ ਹੈ ਉਸ ਚੀਜ਼ ਦਾ ਜੇ ਗੱਲ ਕਰੀਏ ਸੁੰਦਰਾ ਨੂੰ ਹੀ ਤੁਸੀਂ ਕਿਉਂ ਲਿਆ ਸੁੰਦਰਾ ਨੂੰ ਕਿਉਂ ਲਿਆ ਇਹ ਸਤਪਨ ਸ਼ੇਖੂਮਾਰ ਬਟਾਲਵੀ ਦਾ ਲੂਣਾ ਆ ਚੁੱਕਿਆ ਸੀ ਜੀ ਮੈਨੂੰ ਕਿਸਾ ਸਾਹਿਤ ਮੈਨੂੰ ਪੜਿਆ ਹੋਇਆ ਸੀਗਾ ਅ ਔਰ ਉਹਦੇ ਚ ਮੈਨੂੰ ਪੂਰਨ ਸਿੰਘ ਦਾ ਦਾ ਇਤਰਾ ਨਾਟਕ ਵੀ ਉਹਦਾ ਕਿੱਸਾ ਵੀ ਪੜਿਆ ਹੋਇਆ ਸੀਗਾ ਜੀ ਲੰਬੀ ਨਜ਼ਮ ਹੈ ਉਹ ਵੀ ਪੜੀ ਹੋਈ ਸੀਗੀ ਮੈਨੂੰ ਉਹ ਪੂਰਨ ਸਿੰਘ ਦੇ ਜਦੋਂ ਇਤਰਾ ਪੜੀ ਤਾਂ ਉਹਦੇ ਚ ਸੁਨਦਰਾ ਦਾ ਜਿਹੜਾ ਕਰੈਕਟਰ ਹੈ ਨਾ ਉਹ ਕਹਿੰਦੀ ਹੈਗੀ ਆ ਕਿ ਮੈਨੂੰ ਪੂਰਨ ਉਹ ਨਹੀਂ ਚਾਹੀਦਾ ਹੈਗਾ ਜਿਹੜਾ ਜੋਗੀ ਹੈਗਾ ਮੈਨੂੰ ਤਾਂ ਉਹ ਪੂਰਨ ਚਾਹੀਦਾ ਹੈਗਾ ਜਿਹੜਾ ਹੱਸੇ ਖੇਡੇ ਮੇਰੇ ਨਾਲ ਖਾਵੇ ਪੀਵੇ ਥੀਵੇ ਹੂੰ ਹੂੰ ਨਾ ਇਹ ਮੇਰੇ ਹਰ ਵੇਲੇ ਮੇਰੇ ਮੇਰੀਆਂ ਨਿੰਕੀਆਂ ਨਿਕੀਆਂ ਲੋੜਾਂ ਲੋਚਾਵਾਂ ਦੇ ਵਿੱਚ ਸ਼ਾਮਲ ਹੋਵੇ ਹੂੰ ਹੂੰ ਮੈਨੂੰ ਇਹ ਗੱਲ ਜਿਹੜੀ ਹੈਗੀ ਨਾ ਉਹਦੀ ਬੜੀ ਹੀ ਟੰਮੀ ਸੀਗੀ ਮੈਨੂੰ ਲੱਗਾ ਕਿ ਸੁੰਦਰਾ ਪਾਵਰਫੁਲ ਜਿਹੜਾ ਹੈਗਾ ਕਰੈਕਟਰ ਹੈਗਾ ਜਿਹੜਾ ਅਨਗੋਲਿਆ ਹੈਗਾ ਹੂੰ ਨਾ ਲੂਣਾ ਨੂੰ ਇੱਕ ਮਕਾਮ ਮਿਲ ਗਿਆ ਹੂੰ ਸ਼ਿਵ ਕੁਮਾਰ ਨੇ ਉਸ ਨੂੰ ਇੱਕ ਮਕਾਮ ਦੇ ਦਿੱਤਾ ਜੀ ਪਰ ਸੁੰਦਰਾ ਅੰਡੇਟ ਸੀਗੀ ਹੂੰ ਇਤਰਾ ਨੂੰ 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 ਪੂਰਨ ਸਿੰਘ ਨੇ ਵੱਡਾ ਮਾਨਦਰ ਉਤਪਾ ਦੇ ਕੇ ਵੱਡਾ ਕੀਤਾ ਹੋਇਆ ਸੀਗਾ ਤੇ ਮੈਨੂੰ ਲੱਗਾ ਸੀਗਾ ਕਿ ਪੂਰਨ ਜਿਹੜਾ ਹੈ ਜੇਕਰ ਜੇਕਰ ਪੂਰਨ ਨੂੰ ਨੂੰ ਸੰਪੂਰਨ ਰੂਪ ਦੇ ਵਿੱਚ ਦੇਖਣਾ ਹੈਗਾ ਤਾਂ ਉਸ ਨੂੰ ਸੁੰਦਰਾ ਦੀਆਂ ਨਜ਼ਰਾਂ ਦੇ ਵਿੱਚੋਂ ਦੇਖਿਆ ਜਾ ਸਕਦਾ ਹੈ ਸੁੰਦਰਾ ਸੁੰਦਰਾ ਦੇ ਰਾਹੀਂ ਸੁੰਦਰਾ ਦੇ ਨੇ ਪਾਤਰ ਦੇ ਰਾਹੀਂ ਉਸ ਦੇ ਚਰਿੱਤਰ ਦੇ ਰਾਹੀਂ ਹੀ ਪੂਰਨ ਸਾਕਾਰ ਕੀਤਾ ਜਾ ਸਕਦਾ ਹੈ ਹੂੰ ਹੂੰ ਸੋ ਇਸ ਲਈ ਮੈਨੂੰ ਮੇਰੀ ਸੁੰਦਰਾ ਜਿਹੜੀ ਹੈ ਉਹ ਬਿਲਕੁਲ ਵੱਖਰੀ ਹੈਗੀ ਹੈ ਹੂੰ ਹੂੰ ਉਹ ਸਪੂਰਨ ਨਾਲ ਸੰਵਾਦ ਵਿੱਚ ਪੈਂਦੀ ਹੈਗੀ ਆ ਉਸ ਦੇ ਉੱਤੋਂ ਉਹ ਜਿਹੜੀਆਂ ਉਹ ਜੋਗ ਪੁਣੇ ਦੀਆਂ ਪਰਤਾਂ ਗੋਰਖਨਾਥ ਨੇ ਚਾੜੀਆਂ ਨੇ ਜੋ ਸੱਭਿਆਚਾਰ ਨੇ ਉਹਦੇ ਜਿਹਨੇ ਪੋਰੇ ਨੇ ਉਹਦੇ ਵਿੱਚ ਜੋ ਉਸ ਦੀ ਮਾਨਸਿਕ ਸਤਾਪ ਉਸ ਨੂੰ ਦਿੱਤੇ ਸੀਗੇ ਉਹਨਾਂ ਸਾਰਿਆਂ ਨੂੰ ਉਹ ਤਹਿਦਰਤਾ ਖੋਦ ਵੀ ਦਿੱਤੀ ਲੰਦੀ ਲੂਣਾ ਦੇ ਪੂਰਨ ਵਿੱਚ ਤੇ ਸੁੰਦਰਾਂ ਦੇ ਪੂਰਨ ਵਿੱਚ ਕੀ ਤੁਸੀਂ ਬੈਲੈਂਸ ਸਮਝਦੇ ਹੋ ਉਹਨੂੰ ਜਾਂ ਅਨਬੈਲੈਂਸ ਸਮਝਦੇ ਹੋ ਇਹ ਦੋਨੇ ਬਿਲਕੁਲ ਵੱਖਰੇ ਪੂਰਨ ਨੇ ਲੂਣਾ ਦਾ ਪੂਰਨ ਡਿਫਰੈਂਟ ਆ ਸੁੰਦਰਾ ਦਾ ਡਿਫਰੈਂਟ ਆ ਬਿਲਕੁਲ ਵੱਖਰੇ ਨੇ ਕਿਉਂਕਿ ਇੱਥੇ ਜਿਹੜਾ ਜਿਹੜੀ ਸੁੰਦਰਾ ਹੈ ਉਹ ਪੂਰਨ ਦੇ ਵਿੱਚੋਂ ਇੱਕ ਸੰਪੂਰਨ ਮਰਦ ਨੂੰ ਨੂੰ ਖੜਾ ਕਰਦੀ ਹੈਗੀ ਹੈ ਜੀ ਤੇ ਇਹ ਇਹ ਜਿਹੜੀ ਸੁੰਦਰਾ ਹੈ ਉਹ ਪੂਰਨ ਨੂੰ ਪਾ ਲੈਂਦੀ ਹੈਗੀ ਹੈ ਠੀਕ ਹੈ ਜੀ ਤੇ ਉਹ ਆ ਮਾਂ ਬਣਦੀ ਹੈ ਗਰਭ ਹਤੀ ਹੁੰਦੀ ਹੈਗੀ ਹੈ ਜੀ ਉਹ ਉਸਨੂੰ ਲੱਗਦਾ ਹੈਗਾ ਕਿ ਔਰਤ ਮਰਦ ਦਾ ਰਿਸ਼ਤਾ ਜਿਹੜਾ ਹੈ ਉਹ ਕੁਦਰਤ ਨੇ ਜੋ ਬਣਾਇਆ ਹੈ ਉਹੀ ਰਿਸ਼ਤਾ ਜਿਹੜਾ ਹੈ ਉਹ ਮੁਕੰਮਲ ਹੈ ਉਸੇ ਰਾਹੀਂ ਸੰਪੂਰਨ ਹੋਇਆ ਜਾ ਸਕਦਾ ਹੈਗਾ ਅਦਰਵਾਈਜ਼ ਜੰਗਲ ਦੇ ਵਿੱਚ ਜਾਂ ਜੋਗਪੁਣੇ ਦੇ ਵਿੱਚ ਪੂਰਨਤਾ ਨਹੀਂ ਹੈ ਤੇ ਪੂਰਨ ਜਸਟਿਸ ਕਰਦਾ ਹੈ ਸੁੰਦਰਾ ਦੇ ਨਾਲ ਕਿ ਨਹੀਂ ਇਹ ਇੱਕ ਸਵਾਲ ਹੈ ਪੂਰਨ ਨੂੰ ਵਿਸ਼ਵਾਸ ਹੈ ਕਿ ਉਹ ਉਹ ਕਿਉਂਕਿ ਉਹ ਮਾਂ ਹੈ ਇਸ ਲਈ ਉਹ ਪੂਰਨ ਨੂੰ ਬਨ ਲੈ ਠੀਕ ਹੈ ਜੀ ਨਾ ਪੂਰਨ ਹੁਣ ਉਹਦੀ ਹੱਦ ਤੋਂ ਬਾਹਰ ਨਹੀਂ ਜਾ ਸਕਦਾ ਹੈਗਾ ਬੇਸ਼ੱਕ ਨਾਟਕ ਦੇ ਵਿੱਚ ਅਖੀਰ ਤੇ ਹੈ ਵਿਦੂਸ਼ਕ ਹੈ ਨਾਟਕ ਦੇ ਅਖੀਰ ਦੇ ਵਿੱਚ ਉਹ ਕਹਿੰਦਾ ਕਿ ਹੁਣ ਪੂਰਨ ਜਾਏਗਾ ਕਿੱਥੇ ਨਾ ਪੂਰਨ ਤਾਂ ਸੁੰਦਰਾਂ ਦੇ ਦੇ ਕਾਰਨ ਹੀ ਪੂਰਨ ਬਣ ਸਿਆ ਠੀਕ ਹੈ ਜੀ ਨਾ ਸੰਪੂਰਨ ਤਾਂ ਹੀ ਹੈ ਪੂਰਨ ਜੇ ਉਹ ਮਰਦ ਬਣਦਾ ਹੈਗਾ ਤੇ ਜੇ ਉਹ ਮਰਦ ਹੈ ਤਾਂ ਉਹ ਕੁਦਰਤ ਦਾ ਹਿੱਸਾ ਹੈਗਾ ਤੁਸੀਂ ਇੱਕ ਬੰਨੇ ਸੁੰਦਰਾ ਨੂੰ ਲਿਆ ਇੱਕ ਬੰਨੇ ਤੁਸੀਂ ਸਹੇਬਾ ਨੂੰ ਲਿਆ ਸਹੇਬਾ ਨੂੰ ਮਾਡਰਨ ਢੰਗ ਦੇ ਨਾਲ ਲਿਆ ਔਰ ਸੁੰਦਰਾ ਨੂੰ ਤੁਸੀਂ ਇੱਕ ਪ੍ਰਤੀਕ ਦੇ ਰੂਪ ਵਿੱਚ ਲਿਆ ਮੁਹੱਬਤ ਦੇ ਰੂਪ ਦੇ ਵਿੱਚ ਲਿਆ ਇੱਕ ਵਿਸ਼ਵਾਸ ਦੇ ਰੂਪ ਚ ਲਿਆ ਇੱਕ ਔਰਤ ਦਾ ਜਿਹੜਾ ਸਥਾਈ ਵਿਸ਼ਵਾਸ ਹੁੰਦਾ ਆਪਣੇ ਪਰਿਵਾਰ ਨੂੰ ਲੈ ਕੇ ਜਾਂ ਇੱਕ ਬੱਚੇ ਦੀ ਮਾਂ ਹੋਣ ਦੇ ਨਾਤੇ ਇੱਕ ਪਤੀ ਦੇ ਪ੍ਰਤੀ ਜੋ ਇੱਕ ਸੁਭਾਵ ਹੁੰਦਾ ਔਰਤ ਦਾ ਸੁੰਦਰਾ ਨੂੰ ਤੁਸੀਂ ਉਸ ਰੂਪ ਚ ਲਿਆ ਦੂਸਰੇ ਬੰਨੇ ਤੁਸੀਂ ਸਹੇਬਾ ਨੂੰ ਲਿਆ ਔਰ ਸਹਿਬਾ ਤੇ ਤੁਹਾਡੀ ਇੱਕ ਕਵਿਤਾ ਵੀ ਬੜੀ ਹੋਈ ਸੀ ਮਸ਼ਹੂਰ ਹੋਈ ਸੀ ਜਿਹੜੀ ਕਿ ਉਹਦੇ ਉੱਤੇ ਤੁਸੀਂ ਕਾਫੀ ਲਿਖਿਆ ਸੀ ਕਿ ਉਹਦਾ ਅੱਧਾ ਹਿੱਸਾ ਇੱਕ ਬੰਨੇਸੀਰ ਦਾ ਹਿੱਸਾ ਬੰਨਾ ਸੀਗਾ ਮਿਰਜ਼ਾ ਸਾਹਿਬ ਦਾ ਸੀਗਾ ਤੇ ਮੈਂ ਚਾਹਾਂਗਾ ਕਿ ਉਸ ਨਜ਼ਮ ਨੂੰ ਤੁਸੀਂ ਸਾਡੇ ਦਰਸ਼ਕਾਂ ਨਾਲ ਸਾਂਝਾ ਕਰੋ ਤੇ ਉਸ ਤੋਂ ਬਾਅਦ ਇਸ ਉੱਤੇ ਜਿਹੜਾ ਸਵਾਲ ਅਸੀਂ ਫਿਰ ਸਵਾਲ ਇਹਦੇ ਵਿੱਚੋਂ ਲੱਭ ਲਾਂਗੇ ਜ਼ਰੂਰ ਨਜ਼ਮ ਹੈ ਮਿਜ਼ਰਾਬ ਮੇਰਾ ਦੂਜਾ ਕਾਵ ਸੰਗ੍ਰਹਿ ਸੀਗਾ ਰੇਤ ਦਾ ਸਮੁੰਦਰ ਤੋਂ ਬਾਅਦ ਇਹਦੇ 'ਚ ਹੈ ਅ ਮਿਰਜ਼ਾ ਸਾਹਿਬਾ ਅੱਧਾ ਤੜ ਅੜੀਏ ਅੱਧਾ ਤੜ ਸਾਹਿਬਾ ਹੂੰ ਬੱਕੀ ਤੇ ਬਹਾਲੀ ਮਿਰਜ਼ੇ ਮਾਰੀ ਅੱਡੀ ਦੋੜਾ ਲਈ ਉਹ ਵੇਖੋ ਮਿਰਜ਼ਾ ਉੱਡਦਾ ਖਰਲਾਂ ਦੇ ਰਾ ਧੂੜਾਂ ਛੱਡਦਾ ਇੱਕ ਤੜ ਸਖੀਏ ਇੱਕ ਤੜ ਵਸ ਹੋਇਆ ਵਟਣੇ ਜਿਹਦੇ ਤੰਗ ਭਰਾਵਾਂ ਕੱਸਣੇ ਮੁਹੱਬਤ ਦੀਆਂ ਦੁਸ਼ਵਾਰੀਆਂ ਦੋਵੇਂ ਪਗੌਂਦੇ ਜਾਂਦੇ ਯਾਰੀਆਂ ਰਹਿ ਗਈ ਰਹਿਗੇ ਸੇਕ ਦੁਪਹਿਰੀ ਪਿੱਛੇ ਰਹਿ ਗਈ ਸਹਬਾ ਦੀ ਚੁੰਨੀ ਕੰਡਿਆਂ ਨਾਲ ਖਹਿ ਗਈ ਗਲ ਮਿਰਜ਼ੇ ਦੇ سینੇ ਮਹਿ ਗਈ ਹੂੰ ਸਾਹਮਣੇ ਝੰਡ ਸੋਚਾਂ ਦਾ ਉੱਕ ਤੱਕਿਆ ਥੱਕਿਆ ਮਿਰਜ਼ਾ ਪੈਣ ਦੇ ਤੋਂ ਅੱਕਿਆ ਸਹਬਾ ਮਲਕੜੇ ਬੱਕੀ ਤੋਂ ਲਾ ਲਈ ਅੱਧਾ ਤੜ ਸਹਬਾ ਜੀ ਹਾਂ ਅੱਧਾ ਤੜ ਸਹਬਾ ਪੋਏ ਹੰਡਾ ਲਈ ਪਾਲੇ ਪਾਲੇ ਮਿਰਜ਼ੇ ਝੰਡੇ ਹੇਠਾ ਉਹ ਜਿਹੜੀ ਕਹਿੰਦੇ ਰੱਬ ਦੀ ਜੰਨਤ ਜਾਂਡੇ ਠਾਮ ਮਿਰਜ਼ੇ ਵਿਛਾਲੇ ਚੁੰਮਿਆ ਚੁੰਮਿਆ ਮਿਰਜ਼ਾ ਚੁੰਮਿਆ ਉੱਚਾ ਟੰਗ ਤਰਕਸ਼ ਪੱਥਾ ਨਿਸ਼ਾਨਾ ਕਾਮਦੇਵ ਨਸ਼ਾ ਨੀਂਦਰ ਹਲੂਨੀਆ ਅਦਵਾਟੇ ਅਦਵਾਟੇ ਰਹਿ ਗਈ ਅੜੀਏ ਅਦਵਾਟੇ ਸਹਿਬਾ ਮੋੜੀ ਅਦਵਾਟੇ ਵਾਸਤੇ ਘਤਦੀ ਹਾੜੇ ਕੱਢਦੀ ਮਿਰਜ਼ਾ ਅੱਖ ਨਾ ਪਟਦਾ ਮਿਰਜ਼ੇ ਸਾਕਾ ਨੂੰ ਪਿੱਛੇ ਛੱਡਿਆ ਮਿਰਜ਼ੇ ਨਾਡੂਆਂ ਦਾ ਨੱਕ ਵੱਢਿਆ ਹੁਸਨ ਜਵਾਨੀ ਮਿਰਜ਼ੇ ਕੀਲਿਆ ਮਿਰਜ਼ਾ ਮਿਰਜ਼ਾ ਮਰਦਾਨਗੀ ਸਹਿਬਾ ਹਿੱਸੇ ਕਦੀਮੀ ਵਿਗੋਚਾ ਅੱਧਾ ਅਧੂਰਾ ਤਨ ਮਨ ਅਪ੍ਰਾਪਤੀ ਅੱਧਾ ਧੜ ਰੁੱਲਦਾ ਖਰਲਾਂ ਦੇ ਰਾ ਅੱਧਾ ਧੜ ਵੀਰਾਂ ਨੇ ਟੁੱਕਿਆ ਟੋਟੇ ਟੋਟੇ ਤੋਮਤਾ ਬੇਵਫਾਈ ਸਹਿਬਾ ਦੀ ਮੁਹੱਬਤ ਚ ਹਿੱਸੇਦਾਰੀ ਸਹਿਬੋ ਸਹਿਬਾ ਮੰਦਾ ਨਿਵਾਰੇ ਅੜੀਏ ਅੱਜ ਮੁਰ ਚੁੰਨੀ ਸਹਿਬਾਂ ਦੀ ਕੰਡਿਆਂ ਚ ਅੜ ਗਈ ਮੱਥੇ ਤੇ ਲਹਾਮਾਂ ਤਰ ਗਈ ਅੱਦਾ ਧੜ ਰਹੁ ਸਹਿਬਾਂ ਨਸੀਬਾ ਕਰ ਗਈ ਹੂੰ ਕਹਿੰਦੇ ਮੁਹੱਬਤ ਕਾਰਾ ਕਰ ਗਈ ਮਾਣ ਮਰ ਮਾਣ ਮੱਤਾ ਮਿਰਜ਼ਾ ਉਹ ਸੌਂ ਗਿਆ ਤੇ ਸਹਿਬਾਂ ਦਾ ਅੱਦਾ ਧੜ ਅੱਜ ਵੀ ਉਨੀਂਦਰੇ ਵਰ ਰਿਹਾ ਲੋਕੀ ਸਾਬੋ ਸਬੂਤਾ ਮਿਰਜ਼ਾ ਵੜਦੇ ਸਹਿਬਾਂ ਦਾ ਅੱਦਾ ਧੜ ਅੱਧਾ ਜਾਣੋ ਘੜਦੇ ਹੂੰ ਪੂਰੇ ਸੂਰੇ ਅੱਧਾ ਅਧੂਰਾ ਕਦ ਚੜਦੇ ਅੱਧਾ ਧ ਪੂਰਾ ਕਰਦੇ ਲੋਕੀ ਘੜਦੇ ਅੱਧਾ ਜਾਣੋ ਘੜਦੇ ਟੋਟੇ ਟੋਟੇ ਕਰਦੇ ਮਿਰਜ਼ਾ ਸਾਹਿਬ ਬਹੁਤ ਵਧੀਆ ਬਹੁਤ ਵਧੀਆ ਇਹ ਗੱਲਬਾਤ ਅਸੀਂ ਇਸ ਤਰ੍ਹਾਂ ਜਾਰੀ ਰੱਖਾਂਗੇ ਲੈਣੇ ਛੋਟਾ ਜਿਹਾ ਬ੍ਰੇਕ ਤੋਂਰ ਬ੍ਰੇਕ ਤੋਂ ਬਾਅਦ ਬੋਰਤ ਨਾਲ ਅਸੀਂ ਰੂਬਰੂ ਹੁੰਨੇ ਆ ਸਾਹਿਤਿਕ ਤੰਨਾ ਪ੍ਰੋਗਰਾਮ ਤੁਹਾਡਾ ਇੱਕ ਰਿਫੇਰ ਤੋਂ ਸਵਾਗਤ ਔਰ ਇਸੇ ਤੰਨਾ ਦੇ ਨਾਲ ਚੱਲਦੇ ਆਂ ਅਸੀਂ ਅਗਲੀ ਗੱਲਬਾਤ ਕਰਨ ਵਾਸਤੇ ਡਾਕਟਰ ਮਨਜੀਤ ਪਾਲ ਕੌਰ ਹੋਰਾਂ ਦੇ ਨਾਲ ਤੇ ਉਹਨਾਂ ਤੋਂ ਪੁੱਛਦੇ ਆਂ ਕਿ ਅੱਜ ਕੱਲ ਮਾਡਰਨ ਸਮੇਂ ਦੇ ਵਿੱਚ ਕਿਉਂਕਿ ਪਛੋਕੜ ਦੀ ਤਾਂ ਅਸੀਂ ਗੱਲ ਕਰ ਲਈ ਲੇਕਿਨ ਅੱਜ ਕੱਲ ਦੇ ਵਕਤ ਦੀ ਗੱਲ ਕਰੀਏ ਤੇ ਅੱਜ ਕੱਲ ਕੀ ਲਿਖ ਰਹੇ ਨੇ ਡਾਕਟਰ ਸਾਹਿਬ ਕੋਈ ਅੱਜ ਕੱਲ ਦੀ ਲਿਖੀ ਹੋਈ ਕਵਿਤਾ ਤੁਸੀਂ ਸਾਡੇ ਦਰਸ਼ਕਾਂ ਦੇ ਨਾਲ ਸਾਂਝੀ ਕਰੋ ਜਿਹਨੇ ਆਪ ਗੱਲਬਾਤ ਕਰ ਰਹੀ ਸੀ ਕਿ ਸ਼ਾਇਦ ਇਹ ਉਸੇ ਦੀ ਇੱਕ ਕੜੀ ਬਣੇਗੀ ਜੀ ਨਜ਼ਮ ਦਾ ਹੈ ਅਰਥ ਅਰਥ ਹਾਂਜੀ ਕਿੰਨਾ ਅਲੱਗ ਪਿਆਰ ਦਾ ਅਰਥ ਹੋਣ ਤੋਂ ਹੇ ਤੱਕ ਕਿੰਨਾ ਅਲੱਗ ਪਿਆਰ ਦਾ ਅਰਥ ਹੋਣ ਤੋਂ ਹੇ ਤੱਕ ਇਕ ਨੇ ਚਾਹਿਆ ਸਾਰੇ ਦਾ ਸਾਰਾ ਆਪਾ ਹੂੰ ਕਾਸਿਮ ਮਹਿਬੂਬਾ ਦੇ ਉਲਟ ਦੇ ਬਹੁਤ ਅੱਛੇ ਇਕ ਨੇ ਚਾਹਿਆ ਸਾਰੇ ਦਾ ਸਾਰਾ ਆਪਾ ਕਾਸਿਮ ਮਹਿਬੂਬ ਦੇ ਉਲਟ ਦੇ ਕਲਬੂਤ ਰੂਹ ਦਾ ਲਿਖਤ ਹੋਤੇ Hmm. ते कोई भिख्या समझ अलख नरंजन आख जंगल वाल हो गया बहुत अच्छे बहुत अच्छे वियोग असह वियोग असह जान लेवा किसे ले बिल्कुल ठीक है जी संजोग तो बुर्क संजोग तो मुनकर हो कोई पूर्ण हो गया बहुत अच्छे वियोग असह जान लेवा किसे ले संजोग तो मुनकर हो कोई पूर्ण हो गया ਕਿੰਨੇ ਅਲੱਗ ਅਰਥ ਪਿਆਰ ਦੇ ਬਹੁਤ ਅੱਛਾ ਹੈ ਸਿਆਸਤ ਸਦਾਕਤ ਸਦਾ ਤੋਂ ਅਲੱਗ ਸਿਆਸਤ ਸਦਾਕਤ ਸਦਾ ਤੋਂ ਅਲੱਗ ਕਿੰਨੀ ਤੇਰੇ ਮੇਰੇ ਲਈ ਬਹੁਤ ਅੱਛਾ ਬਹੁਤ ਅੱਛਾ ਅੱਜ ਵੀ ਕਹਾਣੀ ਦੇ ਨਾਇਕ ਦਾ ਕਿਰਦਾਰ ਵੱਖਰਾ ਨਹੀਂ ਨਾ ਕੋਈ ਰਣਨੀਤੀ ਅਲੱਗ ਜਿਸ ਨੂੰ ਪਾਉਣ ਖਾਤਰ ਧਾਲਰ ਤੋਂ ਕੁਦਦੀਆਂ ਜਾਨਵਾਰ ਦੀਆਂ ਰਹੀਆਂ ਕੁੜੀਆਂ ਬਹੁਤ ਅੱਛਾ ਕੁੱਦ ਪਹਿਣ ਦੇ ਖਿਆਲ ਲੱਗੇ ਤਣ ਗਏ ਸਹੰਸਰਾ ਬੇਸ਼ੱਕ ਦੁਬਦਾਵਾਂ ਦੇ ਪਰਦੇ ਹੂੰ ਕੁੱਦ ਪਹਿਣ ਦੇ ਖਿਆਲ ਅੱਗੇ ਤਣ ਗਏ ਸਹੰਸਰਾ ਬੇਸ਼ੱਕ ਦੁਬਦਾਵਾਂ ਦੇ ਪਰਦੇ ਅਕਲਾਂ ਸੋਚਾਂ ਖੜੇ ਪੈਂਦੀਆਂ ਕੁੱਦਨ ਨਾ ਦਿੰਦੀਆਂ ਫੇਰ ਵੀ ਮੁਹੱਬਤਾਂ ਦੀ ਤਾਂਗ ਲੋਚਾ ਪਾਉਣ ਦੀ ਵਸ ਅਹਿਸਾਸਾਂ ਦੀ ਜੰਗ ਲੜਦੇ ਹਾਂ ਹਰ ਪਲ ਤਿਲ ਤਿਲ ਮਰਦੀਆਂ ਕੁੜੀਆਂ ਬਹੁਤ ਅੱਛਾ ਇਸ ਤਰ੍ਹਾਂ ਹੀ ਇੱਕ ਮੈਨੂੰ ਨਜ਼ਮ ਯਾਦ ਆ ਗਈ ਕਿ ਕਮਲ ਪਟੇਵੜ ਨੇ ਲਿਖੀ ਹੋਈ ਸੀਗੀ ਤੁਹਾਡਾ ਸਟੂਡੈਂਟ ਹੀ ਸੀਗਾ ਗੁਰਨਾਨਕ ਦੇਵ ਯੂਨੀਵਰਸਿਟੀ ਦੇ ਵਿੱਚ ਉਹਨੇ ਲਿਖਿਆ ਸੀ ਕਿ ਜੇ ਜਨਮ ਨਾ ਹੋਇਆ ਦੇਵੀ ਦਾ ਫਿਰ ਪੂਰਨ ਕਿਵੇਂ ਜੰਮਣਗੇ ਗੁਰਨਾਨਕ ਜਹੇ ਅਵਤਾਰ ਕਿੰਜ ਡਿੱਗਦੇ ਪੱਥਰ ਥੰਮਣਗੇ ਨਾ ਲੱਗੇ ਭਾਗ ਭੰਗੂੜੇ ਨੂੰ ਨਾ ਗੁਰਤੀ ਦਿੱਤੀ ਦਾਈ ਨੇ ਜੋ ਗਰਭਜੂਨ ਚ ਮਾਰਨ ਕੁੜੀਆਂ ਉਹ ਮਾਪੇ ਨਹੀਂ ਕਸਾਈ ਨੇ ਜਦ ਜਦ ਕੰਨ ਪੜਵਾਏ ਰਾਂਝੇ ਨੇ ਇਹ ਸਿਆਲਾਂ ਦੀ ਹੀਰ ਬਣੀ ਇਹ ਸੱਸੀ ਬਣ ਥਲਾਂ 'ਚ ਸੜ ਕਿਸੇ ਪੁੰਨੂ ਦੀ ਤਕਦੀਰ ਬਣੀ ਕੌਮ ਦੀ ਖਾਤਰ ਕੀ ਨਹੀਂ ਕੀਤਾ ਉਸ ਗੁਰੂ ਗੋਬਿੰਦ ਸਿੰਘ ਮਾਈ ਨੇ ਜੋ ਗਰਭਜੂਨ 'ਚ ਮਾਰਨ ਕੁੜੀਆਂ ਉਹ ਮਾਪੇ ਨਹੀਂ ਕਸਾਈ ਨੇ ਕਿਉਂਕਿ ਤੁਹਾਡੀ ਜਿੰਨੀ ਵੀ ਲੇਖਣੀ ਉਹਦੇ ਵਿੱਚ ਤੁਸੀਂ ਔਰਤ ਦੇ ਹਾਲਾਤ ਨੂੰ ਪੇਸ਼ ਕੀਤਾ ਮੇਰੇ ਖਿਆਲ ਕੁਝ ਇੱਕ 17 ਹੋਰ ਹੈਗੀਆਂ ਨੇ ਇਹਦੇ ਤੁਹਾਡੇ ਕੋਲ ਜਿਹੜੇ ਤੁਸੀਂ ਇਸ ਸੰਦਰਭ ਦੇ ਵਿੱਚ ਕਹਿਣਾ ਚਾਹੁੰਦੇ ਜੀ ਹਾਂ ਇਸ ਦਾ ਆਖੀਰਲਾ ਜਿਹੜਾ ਸਿੱਖ ਦੇ ਕੁਝ 17 ਰਹਿ ਗਏ ਨੇ ਜੀ ਉੜੀਕ ਦੇ ਬਨੇਰਿਆਂ ਤੇ ਧਰਦੀਆਂ ਲਟਲਟ ਮੱਚਦੇ ਦੀਵੇ ਅਹਿਸਾਸਾਂ ਦੇ ਵਾਹ ਉੜੀਕ ਦੇ ਬਨੇਰਿਆਂ ਤੇ ਧਰਦੀਆਂ ਲਟਲਟ ਮੱਚਦੇ ਦੀਵੇ ਅਹਿਸਾਸਾਂ ਦੇ ਛਾਲਾ ਛਾਲਾ ਆਦ ਹਣੌਣੀਆਂ ਕੁੜੀਆਂ ਮੁਹੱਬਤ ਲਫ਼ਜ਼ ਐਸਾ ਹਮ ਅਰਥ ਜਿਸ ਦੇ ਅਜੀਵਨ ਸਮਝਾਉਂਦੀਆਂ ਕੀ ਬਾਤ ਹੈ ਆਪ ਨੂੰ ਸਮਝਣਾ ਪਉਂਦੀਆਂ ਕੁੜੀਆਂ ਬਹੁਤ ਅੱਛੇ ਬਹੁਤ ਅੱਛੇ ਹਮ ਡਾਕਟਰ ਸਾਹਿਬ ਸਵਾਲ ਇਹ ਆ ਕਿ ਤੁਸੀਂ ਮੁਹੱਬਤ ਦਾ ਨਾਮ ਲਿਆ ਹਮ ਇੱਕ ਔਰਤ ਦੀ ਨਜ਼ਰ ਦੇ ਵਿੱਚ ਹਮ ਮੁਹੱਬਤ ਦੇ ਕੀ ਮਾਇਨੇ ਨੇ ਔਰਤ ਦੇ ਇਹ ਬੜਾ ਹੀ ਕੰਟਰੋਵਰਸ਼ੀਅਲ ਹੈਗਾ ਸਵਾਲ ਔਰਤ ਤੇ ਮਰਦ ਦੇ ਨਜ਼ਰ ਦੇ ਵਿੱਚ ਮੁਹੱਬਤ ਦੇ ਜੋ ਮੈਨੂੰ ਲੱਗਦਾ ਜੀ ਬੀਇੰਗ ਅ ਵੂਮਨ ਔਰਤ ਜਦੋਂ ਮੁਹੱਬਤ ਕਰਦੀ ਆ ਤਾਂ ਉਹ ਆਪਣੇ ਸੰਪੂਰਨ ਹੋਣਦ ਨੂੰ ਸਮਰਪਿਤ ਕਰ ਦਿੰਦੀ ਹੈ ਉਹਦੇ ਉਹਦੇ ਚ ਕੱਲਾ ਤਨ ਨਹੀਂ ਕੱਲਾ ਮਨ ਨਹੀਂ ਉਹਦੀ ਰੂਹ ਉਹਦਾ ਉਹਦਾ ਸਾਰਾ ਸਮੁੱਚਾ ਆਪਾਂ ਸਮਰਪਿਤ ਕਰ ਦਿੰਦੀ ਹੈ ਜੀ ਔਰ ਕਿਉਂਕਿ ਉਸਨੇ ਆਪਣਾ ਸਮੁੱਚਾ ਆਪਾਂ ਸਮਰਪਿਤ ਕੀਤਾ ਹੁੰਦਾ ਤੇ ਤਵਕਕੋ ਵੀ ਇਹੀ ਹੁੰਦੀ ਹੈਗੀ ਹੈ ਕਿ ਜਿੰਨੂੰ ਉਹ ਮੁਹੱਬਤ ਕਰਦੀ ਹੈਗੀ ਹੈ ਉਹ ਵੀ ਅਜਿਹਾ ਹੀ ਕਰੂਗਾ ਤੁਸੀਂ ਆਪਣੀ ਲੇਖਣੀ ਵਿੱਚ ਉਸ ਮੁਹੱਬਤ ਦੀ ਕਦੀ ਮੰਗ ਕੀਤੀ ਹੈ ਆਪਣੇ ਕਿਸੇ ਕਿਸੇ ਕਵਿਤਾ ਦੇ ਵਿੱਚ ਜਾਂ ਕਿਸੇ ਕਾਬ ਨਾਟਕ ਦੇ ਵਿੱਚ ਇਹ ਹੈ ਡਾਇਰੈਕਟਲੀ ਤਾਂ ਨਹੀਂ ਜਿਹਨਾਂ ਸ਼ਬਦਾਂ ਚ ਮੈਂ ਹੁਣ ਕਿਹਾ ਉਹਨਾਂ ਸ਼ਬਦਾਂ ਚ ਤੇ ਨਹੀਂ ਹੋਗੀ ਜੀ ਪਰ ਹੈ ਕਿਤਨਾ ਕਿਤੇ ਹੈ ਉਹ ਮੁਹੱਬਤ ਦੀ ਪਾਲ ਹੈ ਮੁਹੱਬਤ ਦੀ ਪਾਲ ਹਾਂ ਹੈ ਮੁਹੱਬਤ ਦੀ ਪਾਲ ਹੈ ਕਿ ਮੁਹੱਬਤ ਦੇ ਨਾਲ ਵਫਾ ਦੀ ਪਾਲ ਹੈ ਮੁਹੱਬਤ ਦੇ ਨਾਲ ਵਫਾ ਦੀ ਪਾਲ ਵਫਾ ਦੀ ਪਾਲ ਹੈ ਜਿੱਥੇ ਵਫਾ ਨਹੀਂ ਹੋਏਗੀ ਉੱਥੇ ਮੁਹੱਬਤ ਨਹੀਂ ਹੋਏਗੀ ਮੁਹੱਬਤ ਦੀ ਹੋਏਗੀ ਯਾਨੀ ਕਿ ਵਫਾ ਮੁਹੱਬਤ ਦੇ ਨਾਲ ਬੜਾ ਗੂੜਾ ਰਿਸ਼ਤਾ ਰੱਖਦੀ ਹੈ ਬਹੁਤ ਬਹੁਤ ਮੁਹੱਬਤ ਵਫਾ ਤੋਂ ਬਿਨਾ ਮੁਹੱਬਤ ਦਾ ਕੋਈ ਅਰਥ ਨਹੀਂ ਔਰ ਸਾਹਿਤ ਦੇ ਵਿੱਚ ਬੀਇੰਗ ਅ ਵੂਮਨ ਇੱਕ ਔਰਤ ਹੋਣ ਦੇ ਨਾਤੇ ਤੁਸੀਂ ਸਾਹਿਤ ਵਿੱਚ ਕਿੰਨਾ ਕੁ ਨਜ਼ਰ ਆਉਂਦਾ ਤੁਹਾਨੂੰ ਕਿ ਜਿਹੜੀ ਮੁਹੱਬਤ ਦੀ ਗੱਲ ਕੀਤੀ ਜਾਂਦੀ ਹੈ ਉਹਦੇ ਵਿੱਚ ਵਫਾ ਨੂੰ ਪ੍ਰਾਇਮਰੀ ਸਿਚੁਏਸ਼ਨ ਤੇ ਰੱਖਿਆ ਜਾਂਦਾ ਹੈ ਸੱਚੇ ਮੁਹੱਬਤ ਦੀ ਗੱਲ ਕਰਦੇ ਹੋਏ ਅ ਨੀਣਾ ਇੱਕ 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 ਔਰਾ ਜਿਹਾ ਬਣਾ ਦਿੱਤਾ ਜਾਂਦਾ ਹੈਗਾ ਹੈ ਨਾ ਜਿਦੇ ਚ ਅ ਛਲਕਦਾ ਛਲਕਦਾ ਜੋ ਸਭ ਕੁਝ ਹੁੰਦਾ ਹੈਗਾ ਨਾ ਅਰਥ ਨਹੀਂ ਹੁੰਦਾ ਹੈਗਾ ਹੂੰ ਹੂੰ ਸਾਰ ਨਹੀਂ ਹੁੰਦਾ ਹੈਗਾ ਨਾ ਅ ਲਫ਼ਜ਼ਾਂ ਦਾ ਖੇਡ ਬਹੁਤਾ ਹੈ ਨਾ ਭਾਵਨਾਵਾਂ ਦਾ ਕੱਟ ਭਾਵਨਾਵਾਂ ਦਾ ਕੱਟ ਅਹਿਸਾਸਾਂ ਦਾ ਕੱਟ ਯਾਨੀ ਕਿ ਜਿਹੜੇ ਲਫ਼ਜ਼ ਨੇ ਉਹ ਅਹਿਸਾਸ ਤੇ ਹਾਵੀ ਹੋ ਕੇ ਸਾਡੇ ਅੱਗੇ ਪੇਸ਼ ਕੀਤੇ ਜਾਂਦੇ ਨੇ ਅਹਿਸਾਸ ਨੂੰ ਨਹੀਂ ਦੱਸਿਆ ਜਾਂਦਾ ਅਹਿਸਾਸ ਨੂੰ ਦੱਸਣਾ ਬਹੁਤ ਔਖਾ ਕੰਮ ਹੈ ਤੇ ਜਣੇ ਖੜੇ ਦੇ ਵਾਸਤਾ ਰੋਗ ਜਿੱਦਾਂ ਇੱਕ ਵਾਰੀ ਗੱਲ ਕੀਤੀ ਜਾਂਦੀ ਕਿ ਅਹਿਸਾਸ ਨੂੰ ਅਹਿਸਾਸ ਨਾਲ ਫੜਿਆ ਜਾਂਦਾ ਸ਼ਬਦਾਂ ਦੇ ਨਾਲ ਨਹੀਂ ਫੜਿਆ ਜਾਂਦਾ ਲੇਕਿਨ ਸ਼ਬਦ ਵੀ ਕਿਤਨਾ ਕਿਤੇ ਮਾਇਨੇ ਰੱਖਦੇ ਨੇ ਬਿਲਕੁਲ 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 ਸ਼ਬਦਾਂ ਸ਼ਬਦ ਤਾਂ ਸਭ ਤੋਂ ਵੱਡਾ ਸ਼ਬਦ ਹੈ ਨਾ ਸ਼ਬਦ ਦੀ ਮਹੱਤਤਾ ਨੂੰ ਨਕਾਰਿਆ ਨਹੀਂ ਜਾ ਸਕਦਾਗਾ ਸ਼ਬਦ ਗੁਰੂ ਹੈ ਗੁਰੂ ਹੈ ਕਿਉਂਕਿ ਪੰਜਾਬੀ ਦੇ ਵਿੱਚ ਜਿਹੜੇ ਅੜਨ ਵਾਲੇ ਅੱਖਰ ਨੇ ਰੜੇ ਵਾਲੇ ਉਹ ੜਾੜੇ ਵਾਲੇ ਅੱਖਰ ਜੇ ਗੱਲ ਕਰੀਏ ਸਾਡੀ ਜ਼ੁਬਾਨ ਤੇ ਅੜਦੇ ਨੇ ਜਿਹੜੇ ਕਿ ਲਕੀਰ ਤੇ ਥੱਲੇ ਸਾਨੂੰ ੜਾੜਾ ਪਾਉਣਾ ਪੈਂਦਾ ਲੇਕਿਨ ਉਹ ਲਕੀਰ ਤੋਂ ਥੱਲੇ ਹੋ ਕੇ ਵੀ ਕਿੰਨੀ ਮੁਹੱਬਤ ਦਾ ਪੈਗਾਮ ਦਿੰਦੇ ਨੇ ਯਾਰ ੜੇ ਆਵੇ ੜਿਆ ਹੂੰ ਇਹ ਸ਼ਬਦ ਜਿਹੜੇ ਇਹ ਸ਼ਬਦ ਨੇ ਇਹ ਸ਼ਬਦ ਜਿਹੜੇ ਨੇ ਸਹਿਤ ਵਿੱਚ ਸਿਰ ਮੇਰੇ ਖਿਆਲ ਇਹ ਪੰਜਾਬੀ ਭਾਸ਼ਾ ਨੂੰ ਹੀ ਇਹ ਮਾਣ ਬਖਸ਼ ਹੋਇਆ ਹੁਣ ਤੱਕ ਕਿ ਜਿੰਨੇ ਵੀ ਜ਼ੁਬਾਨ ਤੇ ਅੜਨ ਵਾਲੇ ਸ਼ਬਦ ਨੇ ਉਹ ਪੰਜਾਬੀ ਭਾਸ਼ਾ ਨੇ ਦਿੱਤੇ ਹੋਏ ਨੇ ਤੇ ਇਸ ਤੋਂ ਇਲਾਵਾ ਜਿਹੜੀ ਸਭ ਤੋਂ ਵੱਡੀ ਗੱਲ ਨਜ਼ਰ ਆਉਂਦੀ ਕਿ ਅੱਜ ਡਾਕਟਰ ਮਨਜੀਤ ਪਾਲ ਕੋਰ ਜ਼ਿੰਦਗੀ ਦੇ ਉਸ ਪੜਾਅ ਤੇ ਜਿੱਥੇ ਮੈਨੂੰ ਪਤਾ ਲੱਗਾ ਕਿ ਤੁਹਾਨੂੰ ਬਹੁਤ ਵੱਡੀ ਕੁਝ ਐਸੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਕਿ ਸਰੀਰਿਕ ਤੌਰ ਦੇ ਉੱਤੇ ਤੁਹਾਨੂੰ ਬੜੇ ਦੁੱਖ ਤਕਲੀਫਾਂ ਚੱਲੀਆਂ ਪੈਂਦੀਆਂ ਨੇ ਇਸ ਦੇ ਬਾਵਜੂਦ ਕਲਮ ਜਦੋਂ ਹੱਥ ਵਿੱਚ ਆਉਂਦੀ ਹੈ ਉਹ ਤਕਲੀਫ ਨਜ਼ਰ ਆਉਂਦੀ ਕਿਤੇ ਨਹੀਂ ਉਹ ਤਾਂ ਭੁੱਲ ਜਾਂਦੀ ਹੈ ਕਲਮ ਕਲਮ ਜਦੋਂ ਹੁੰਦੀ ਹੈ ਉਦੋਂ ਬਿਲਕੁਲ ਭੁੱਲ ਜਾਂਦੀ ਹੈ ਜਦੋਂ ਕਲਮ ਤੁਸੀਂ ਛੱਡ ਦਿੰਦੇ ਹੋ ਫਿਰ ਪੇਨ ਕਲਰ ਲੈਣਾ ਪੈਂਦਾ ਹੈ ਇਹ ਗੱਲ ਹੋ ਸਕਦੀ ਸੱਚਾਈ ਹੈ ਕਲਮ ਨਾ ਹੋਵੇ ਤੇ ਮਨਜੀਤਪਾਲ ਕੌਰ ਆਪਣੇ ਆਪ ਕਿੱਥੇ ਸਭ ਮੈਂ ਇਹ ਗੱਲ ਬੜੀ ਵਾਰ ਐਡਮਿਟ ਕੀਤੀ ਹੈਗੀ ਹੈ ਜੀ ਕਿ ਮੈਨੂੰ ਦੋ ਗੱਲਾਂ ਜ਼ਿੰਦਗੀ ਦੇ ਵਿੱਚ ਮੇਰੇ ਨਾਲ ਵਾਪਰੀਆਂ ਹੈਗੀਆਂ ਇੱਕ ਤਾਂ ਮੈਨੂੰ ਮੁਹੱਬਤ ਬਹੁਤ ਮਿਲੀ ਹੈ ਵਾਹ ਉਹਦਾ ਉਹਦਾ ਕੋਈ ਹਿਸਾਬ ਨਹੀਂ ਇੰਨੀ ਮੁਹੱਬਤ ਮਿਲੀ ਹੈ ਕਿ ਮੈਂ ਕੁਦਰਤ ਦੀ ਸ਼ੁਕਰਗੁਜ਼ਾਰ ਹਾਂ ਕਿ ਮੈਨੂੰ ਇੰਨੀ ਮੁਹੱਬਤ ਮਿਲੀ ਹੈ ਜੀ ਪਰ ਨਾਲ ਹੀ ਉਸ ਦੇ ਪੀੜਾਵੀ ਉਹਨੀਆਂ ਹੀ ਮਿਲੀ ਹੈ ਸ਼ਾਇਦ ਉਸ ਤੋਂ ਕਈ ਗੁਣਾ ਵੱਧ ਮਿਲੀ ਹੈਗੀ ਹੈ ਪਰ ਜਿਹੜਾ ਹੈ ਇਹ ਅਹਿਸਾਸ ਹੈਗਾ ਨਾ ਕਿ ਤੁਸੀਂ ਭਰੇ ਹੋਏ ਹੋ ਵਾਹ ਕੀ ਬਾਤ ਹੈ ਇਹ ਬਹੁਤ ਹੀ ਖੂਬਸੂਰਤ ਅਹਿਸਾਸ ਹੈ ਬਹੁਤ ਅੱਛਾ ਹੈ ਨਾ ਬਹੁਤ ਹੀ ਬਹੁਤ ਹੀ ਖੂਬਸੂਰਤ ਅਹਿਸਾਸ ਹੈ ਕਿਉਂਕਿ ਔਰ ਇਹ ਸਾਰੇ ਮੈਂ ਖਤਮ ਹੋ ਜਾਣਾ ਸੀਗਾ ਮੈਂ ਤਾਂ ਪਤਾ ਨਹੀਂ ਅੱਜ ਤੋਂ 20 ਸਾਲ ਪਹਿਲਾਂ ਹੀ ਮੁੱਕ ਜੰਦੀ ਜੇਕਰ ਮੈਨੂੰ ਇਸ ਅਹਿਸਾਸ ਨੇ ਨਾ ਮਿਲਿਆ ਹੁੰਦਾ ਔਰ ਇਸ ਅਹਿਸਾਸ ਨੂੰ ਨੂੰ ਗਾੜਾ ਕਰਨ ਵਾਲੀ ਮੇਰੀ ਕਲਮ ਹੈ ਕੀ ਬਾਤ ਹੈ ਇਕ ਕਲਮ ਜਿਹੜੀ ਹੈ ਉਸਨੇ ਤੁਹਾਨੂੰ ਪੰਜਾਬ ਸੰਗੀਤ ਨਾਟਕ ਅਕੈਡਮੀ ਅਵਾਰਡ ਦਿਵਾਇਆ ਹੋਰ ਨਾ ਜਾਣੇ ਕਿੰਨੇ ਅਵਾਰਡ ਤੁਹਾਨੂੰ ਦਿਵਾਏ ਤੁਸੀਂ ਸਭ ਤੋਂ ਵੱਡਾ ਅਵਾਰਡ ਕੀ ਸਮਝਦੇ ਹੋ ਆਪਣੀ ਜ਼ਿੰਦਗੀ ਦਾ ਮੇਰਾ ਸਭ ਤੋਂ ਵੱਡਾ ਅਵਾਰਡ ਇਹ ਹੈਗਾ ਕਿ ਮੇਰੇ ਸਟੂਡੈਂਟ ਮੈਨੂੰ ਬਹੁਤ ਪਿਆਰ ਕਰਦੇ ਹੈ ਮੇਰੀ ਹਰ ਆਖ ਜਿਹੋ ਨਾਲ ਨੇ ਮੇਰਾ ਸਾਥ ਦਿੱਤਾ ਹੈ ਔਰ ਮੇਰੀ ਕਵਿਤਾ ਤੇ ਮੇਰੇ ਨਾਟਕਾਂ ਤੇ ਚਾਹੇ ਉਹ ਪੰਜਾਬ ਦੀਆਂ ਯੂਨੀਵਰਸਿਟੀਆਂ ਨੇ ਜਾਂ ਪੰਜਾਬ ਤੋਂ ਬਾਹਰ ਦੀਆਂ ਯੂਨੀਵਰਸਿਟੀਆਂ ਨੇ ਜੰਮੂ ਦਿੱਲ ਕੁਰਖੇਤਰ ਦਿੱਲੀ ਪੰਜਾਬ ਦੀਆਂ ਸਾਰੀਆਂ ਯੂਨੀਵਰਸਿਟੀਆਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਪੰਜਾਬ ਯੂਨੀਵਰਸਿਟੀ ਪੰਜਾਬ ਯੂਨੀਵਰਸਿਟੀ ਇਹਨਾਂ ਸਾਰਿਆਂ ਦੇ ਰੀਜਨਲ ਸੈਂਟਰ ਇਹਨਾਂ ਸਾਰਿਆਂ ਦੇ ਵਿੱਚ ਮੇਰੀ ਕਵਤਾ ਤੇ ਨਾਟਕ ਦੇ ਉੱਤੇ ਰਿਸਰਚ ਵਰਕ ਹੋ ਰਿਹਾ ਐਮ ਐ ਐਮ ਫਿਲ ਪੀ ਐਚ ਡੀ ਲੈਵਲ ਦਾ ਤੇ ਇਹ ਮੇਰਾ ਸਭ ਤੋਂ ਵੱਡਾ ਅਵਾਰਡ ਹੈ ਇੰਦੋਂ ਵੱਡਾ ਅਵਾਰਡ ਕੋਈ ਹੋ ਹੀ ਨਹੀਂ ਸਕਦਾ ਕੀ ਬਾਤ ਹੈ ਡਾਕਟਰ ਸਾਹਿਬ ਜਾਂਦੇ ਜਾਂਦੇ ਦੋ ਸ਼ਬਦ ਦੋ ਲਾਈਨਾਂ ਦੇ ਵਿੱਚ ਤੁਸੀਂ ਸਹਿਤ ਬਾਰੇ ਸਾਡੇ ਦਰਸ਼ਕਾਂ ਨੂੰ ਕੁਝ ਕਹਿਣਾ ਚਾਹੁੰਦੇ ਹੋ ਕਿ ਸਹਿਤ ਕੀ ਹੈ ਤੁਹਾਡੀ ਨਜ਼ਰ ਤੱਕ ਕਿਦਾਂ ਦਾ ਅਪਣਾਉਣਾ ਚਾਹੀਦਾ ਸਾਨੂੰ ਸਹਾਇਤਾ ਜ਼ਿੰਦਗੀ ਦੀ ਤਰਜਮਾਨੀ ਹੈ ਵਾਹ ਜ਼ਿੰਦਗੀ ਜਿੱਤੜਾ ਜੀਵਨ ਸਹਾਇਤ ਦੇ ਵਿੱਚ ਚੱਲ ਗਿਆ ਹੈਗਾ ਨਾ ਇਸ ਤੋਂ ਵੱਡੀ ਕਰਾਮਾਤ ਕੋਈ ਨਹੀਂ ਹੋ ਸਕਦੀ ਪਰ ਅੱਜ ਦਾ ਦੁਖਾਂਤ ਇਹ ਹੈ ਕਿ ਅਸੀਂ ਨਕਲੀ ਕਿਸਮ ਦੇ ਅਹਿਸਾਸਾਂ ਨੂੰ ਜਾਂ ਨਕਲੀ ਕਿਸ ਅਹਿਸਾਸ ਨਹੀਂ ਹੈਗੇ ਉਹ ਵਿਚਾਰ ਜਿਹੜੇ ਕਿ ਜੋ ਸੁਣਦੇ ਹੈਗੇ ਉਹ ਹੀ ਲਿਖੀ ਜਾ ਰਹੇ ਹੈਗੇ ਹੈ ਜਿਹੜੀ ਸਚਾਈ ਹੈਗੀ ਸੁੱਚਤਾ ਹੈਗੀ ਹੈ ਸੁਚਮ ਅਹਿਸਾਸ ਦੀ ਭਾਵਨਾ ਦੀ ਵਿਚਾਰ ਦੀ ਉਹ ਨਹੀਂ ਰਹੀ ਹੈ ਜਿਹੜੀ ਕਿ ਕਿਸੇ ਵੀ ਉੱਤਮ ਸਾਹਿਦ ਦਾ ਬੁਨਿਆਦੀ ਤੱਤ ਹੋਣਾ ਚਾਹੀਦਾ ਹੈ ਕੀ ਬਾਤ ਹੈ ਮੈਮ ਤੁਸੀਂ ਸਾਡੇ ਸਟੂਡੀਓ ਚ ਆਏ ਸਾਡੇ ਨਾਲ ਬੜੀਆਂ ਵਧੀਆ 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 ਗੱਲਾਂ ਕੀਤੀਆਂ ਸਾਨੂੰ ਸਹਿਤ ਸਹਿਤ ਬਾਰੇ ਜਾਣਕਾਰੀ ਦਿੱਤੀ ਇਸ ਦੇ ਨਾਲ ਨਾਲ ਖਾਸ ਤੌਰ ਤੇ ਤੁਸੀਂ ਆਪਣੇ ਜਿਹੜੇ ਕਾਵਿਨਾਟਕ ਉਹਦੇ ਉੱਤੇ ਸਾਡੇ ਨਾਲ ਗੱਲਾਂ ਕੀਤੀਆਂ ਮੇਰਾ ਖਿਆਲ ਇਹ ਜਿਹੜੀਆਂ ਗੱਲਾਂ ਤੁਸੀਂ ਕੀਤੀਆਂ ਸਾਡੇ ਨਾਲ ਇਹ ਬਹੁਤ ਹੀ ਉੱਤਮ ਇੱਕ ਸਾਡੀ ਵਿਚਾਰਧਾਰਾ ਨੂੰ ਵੀ ਸਾਡੇ ਸਾਹਮਣੇ ਲੈ ਕੇ ਆਉਂਦਾ ਸਾਡੀ ਸੋਚ ਨੂੰ ਲੈ ਕੇ ਆਉਂਦਾ ਔਰ ਅਸੀਂ ਉਮੀਦ ਕਰਦੇ ਹਾਂ ਕਿ ਸਾਡੇ ਦਰਸ਼ਕ ਅੱਜ ਦੇ ਇਸ ਪ੍ਰੋਗਰਾਮ ਤੋਂ ਬਹੁਤ ਖੁਸ਼ ਹੋਣਗੇ ਤੇ ਬਹੁਤ ਕੁਝ ਉਹਨਾਂ ਨੂੰ ਵੀ ਸਿੱਖਣ ਨੂੰ ਮਿਲੇਗਾ ਤੇ ਖਾਸ ਤੌਰ ਤੇ ਉਹਨਾਂ ਨੂੰ ਵੀ ਸਿੱਖਣ ਨੂੰ ਮਿਲੇਗਾ ਜਿਹੜੇ ਸਾਹਿਤ ਦੇ ਵਿਦਿਆਰਥੀ ਨੇ ਜਿੰਨਾ ਆਉਣ ਵਾਲੇ ਸਮੇਂ ਦੇ ਵਿੱਚ ਸਾਹਿਤ ਵਾਸਤੇ ਬਹੁਤ ਕੁਝ ਰਚਨਾ ਤੁਸੀਂ ਇੱਥੇ ਆਏ ਇੱਕ ਵਾਰੀ ਮੋਰ ਤੋਂ ਤੁਹਾਡਾ ਬਹੁਤ ਬਹੁਤ ਧੰਨਵਾਦ